ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀਓ ਬਸੰਤ ਮਹਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦਿ ਦੇਖ ਫੁੱਲ ਫੁੱਲ ਫੂਲੇ ਅਹੰਗ ਤਿਆਗ ਤਿਆਗੇ ਚਰਨ ਕਮਲ ਪਾਗੇ ਤੁਮ ਮਿਲੋ ਪ੍ਰਭ ਸੁਹਾਗੇ ਹਰ ਚੀਤ मन मेरे देख फूल फूल फुले अहंग त्याग त्यागे चरण कमल पागे तुम मिलो प्रभु सपागे हर चेत मन मेरे रहाओ ਸਗਨ ਬਾਸ ਕੂਲੇ ਇਕ ਰਹੇ ਸੂਕ ਕਠੂਲੇ ਬਸੰਤ ਰੁੱਤ ਆਈ ਪਰਫੁੱਲਤਾ ਰਹੇ ਅਬ ਕਲੂ ਆਇਓ ਰੇ ਇਕ ਨਾਮ ਬੋ ਬੋ ਅਨਰੂਤ ਨਾਹੀ ਨਾਹੀ ਮਤ ਪਰਮ ਭੂਲੋ ਭੂਲੋ ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲਿਖਾ ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ ਅਬ ਕਲੂ ਆਇਓ ਰੇ ਇਕ ਨਾਮ ਬੋ ਬੋ ਅਨਰੂਤ ਨਾਹੀ ਨਾਹੀ ਮਤ ਪਰਮ ਭੂਲੋ ਭੂਲੋ ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ ਮਨ ਰਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਮਹਾਰਾਜ ਜੀ ਦੀ ਅਪਾਰ ਅਜ਼ਮਤ ਬਖਸ਼ਿਸ਼ ਤਲਦੀ ਸ਼ਾਮ ਅਸੀਂ ਸਤਸੰਗੀ ਬਣੇ ਹਾਂ ਗੁਰੂ ਹਜ਼ੂਰੀ ਨੂੰ ਮਾਣਦੇ ਹਾਂ ਗੁਰਬਾਣੀ ਕੀਰਤਨ ਦੀ ਚੌਂਕੀ ਸੰਪੂਰਨ ਹੋਈ ਹੁਣ ਸਮਾਂ ਗੁਰਸ਼ਬਦ ਵਿਆਖਿਆਨ ਦਾ ਹੈ ਸ਼ਾਮਾਂ ਦੇ ਦੀਵਾਨ ਵਿੱਚ ਲਗਾਤਾਰਤਾ ਦੇ ਨਾਲ ਰਾਗ ਬਸੰਤ ਦੀ ਰਚਨਾ ਵਿਚਾਰੀ ਜਾਂਦੀ ਹੈ ਤਨ ਗੁਰੂ ਅਰਜਨ ਸਾਹਿਬ ਦੁਆਰਾ ਉਚਰਿਤ ਕੀਤਾ ਗਿਆ ਮੁਕਾਮੀ ਸ਼ਬਦ ਆਪਨੇ ਸਰੋਤ ਪਾਇਆ ਹੈ ਸ਼ਬਦ ਦੀ ਬੰਤਰ ਜਦੋਂ ਆਪਨੇ ਸ਼ਬਦ ਦਾ ਪਾਠ ਸਰੋਤ ਪਾਇਆ ਤੇ ਆਮ ਨਾਲੋਂ ਹਟਕੇ ਹੈ ਗੁਰਬਾਣੀ ਦਾ ਏ ਖਾਸਾ ਹੈ ਗਲੋਰੀ ਹੈ ਕਿਤੇ ਵਿੱਚ ਬੜੇ ਵੈਰਾਈਟੀਫੁਲ ਵੇ ਦੇ ਨਾਲ ਬੜੇ ਡਾਈਵਰਸਟ ਵੇ ਦੇ ਨਾਲ ਗੁਰੂ ਬਾਬਾ ਜੀ ਨੇ ਪਾਸ਼ਾਈ ਪਰਿਪੇਖ ਦੇ ਵਿੱਚ ਲੈਂਗੁਆਇਸਟਿਕ ਸਾਈਡ ਤੋਂ ਗ੍ਰੈਮੈਟੀਕਲ ਸਟਰਕਚਰ ਦੇ ਵਿੱਚ ਪੋਇਟਿਕ ਸਟਰਕਚਰ ਦੇ ਵਿੱਚ ਬੜੀਆਂ ਕਮਾਲ ਦੀਆਂ ਵਿਦਾ ਪ੍ਰੈਜੈਂਟੇਸ਼ਨਸ ਮਹਾਰਾਜ ਨੇ ਬਿਆਨ ਕੀਤੀਆਂ ਨੇ ਜਿਨ੍ਹਾਂ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਜੋ ਗੁਰਬਾਣੀ ਦਾ ਪਠਨ-ਪਾਠਨ ਕਰਨ ਵਾਲਾ ਪਾਠੀ ਹੈ ਪਾਠਕ ਹੈ ਉਹ ਇੱਕਦਮ ਮਤਲਬ ਮੰਤਰ ਵਿਭੂਤ ਵਿਭੁਕਤ ਹੋ ਜਾਂਦਾ ਅਮੇਜ਼ਡ ਹੋ ਜਾਂਦਾ ਕਿਆ ਮਹਾਰਾਜ ਨੇ ਕੈਸੀ-ਕੈਸੀ ਰਚਨਾ ਕਿਸ ਕਿਸ ਰੂਪ ਵਿੱਚ ਰਚੀ ਹੈ ਉਸੇ ਰੂਪ ਵਿੱਚ ਇੱਕ ਬਣ ਗਈ ਹੈ ਬੜੇ ਉਮਦਾ ਅੰਦਾਜ਼ ਦੇ ਚ ਅਲੰਕ੍ਰਿਤ ਭਾਵ ਦੇ ਵਿੱਚ ਮਹਾਰਾਜ ਨੇ ਇਹ ਪਾਵਨ ਰਚਨਾ ਸਾਡੇ ਸਾਹਮਣੇ ਪ੍ਰੈਜੈਂਟ ਕੀਤੀ ਹੈ ਸਾਡਾ ਇਹਦੇ ਭਾਵ ਦੇ ਨਾਲ ਇਹਦੇ ਮੈਸੇਜ ਦੇ ਨਾਲ ਅਸੀਂ ਸਾਚ ਪਾਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਮੈਂ ਬੇਨਤੀ ਕੀਤੀ ਸਰਨਾਵਾ ਬਸੰਤ ਮਹਿਲਾ ਪੰਜਵਾ ਪੰਚਮ ਨਾਨਕ ਗੁਰੂ ਅਰਜਨ ਪਾਤਸ਼ਾਹ ਆ ਇਸ ਬਚਨ ਨੂੰ ਉਚਰਿਤ ਕਰਦੇ ਨੇ ਰਾਗ ਦੇ ਰੂਪ ਵਿੱਚ ਬਸੰਤ ਦਰਜਿਆ ਬਹਾਰ ਦਾ ਰਾਗਿਆ ਸਾਨੂੰ ਇਹ ਤੇ ਬਾਬਤ ਬੜੀ ਵਾਕਫੀਅਤ ਹੈ ਮੇਰੇ ਖਿਆਲ ਚ ਇਸੇ ਹਾਜ਼ਰੀ ਦੇ ਵਿੱਚ ਹੀ ਜੋ ਇਸ ਮਹੀਨੇ ਦੀ ਪ੍ਰੰਭਤਾ ਦੇ ਵਿੱਚ ਤੋਂ ਮੈਂ ਆਇਆ ਬੜੀ ਡਿਟੇਲਡ ਡਿਸਕਸ਼ਨ ਸ਼ਾਇਦ ਹੋਈ ਸੀ ਰਾਗ ਵਿਦਾ ਦੇ ਉੱਤੇ ਖਾਸ ਕਰਕੇ ਬਸੰਤ ਦੇ ਉੱਤੇ ਸੋ ਨੂੰ ਮੈਂ ਰਿਪੀਟ ਨਹੀਂ ਕਰਾਂਗਾ ਇਸਤ ਦਾ ਮੰਗਲ ਹੈ ਮੂਲ ਮੰਤਰ ਦਾ ਸੰਖਿਪਤ ਸਰੂਪ ਜਿਹਦਾ ਚਰਨ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆ ਅਕਾਲ ਪੁਰਖ ਵਾਹਿਗੁਰੂ ਰੱਬ ਗॉड ਕ੍ਰੀਏਟਰ ਜੋ ਤੁਸੀਂ ਪ੍ਰੇਫਰੈਂਸ ਹੈ ਤੁਹਾਡੀ ਉਹਦੇ ਬਾਬਤ ਉਹਦਾ ਤੁਸੀਂ ਨਾਂ ਲੈ ਸਕਦੇ ਹੋ ਮਹਾਰਾਜ ਕਹਿੰਦੇ ਹੋ ਇੱਕ ਹੈ ਮੇਰਾ ਤੁਹਾਡਾ ਸਾਰੇ ਸਾਰੇ ਮਾਨਵ ਜਗਤ ਸਾਰੀ ਕਾਇਨਾਤ ਤੇ ਸਾਰੇ ਕੌਸਮੋ ਦਾ ਸਿਰਜਣਹਾਰ ਇੱਕ ਹੈ ਉਸ ਇੱਕ ਉਸ ਇੱਕ ਨੂੰ ਮਹਾਰਾਜ ਨੇ ਜੋ ਸੰਗਿਆ ਦਿੱਤੀ ਹੈ ਨਾਮ ਦਿੱਤਾ ਹੈ ਉਹ ਹੈ ਓੰਕਾਰ ਇਹਦੇ ਤਿੰਨ ਹਿੱਸੇ ਬਣਦੇ ਨੇ ਓ ਹੰਕਾਰ ਤਿੰਨਾਂ ਦੇ ਅਰਥ ਨੇ ਓ ਦਾ ਮਤਲਬ ਅਵਿਥ ਅੰਗ ਦਾ ਮਤਲਬ ਇਕ ਰਸ ਕਾਰ ਦਾ ਮਤਲਬ ਲਗਾਤਾਰ ਉਹ ਵਾਹਿਗੁਰੂ ਜੀ ਜੋ ਵਿਦਆਊਟ ਐਨੀ ਗੈਪ ਬਿਨਾ ਵਿਥ ਵਿਤਰੇ ਤੋਂ ਐਕਿਊਰੇਟਲੀ ਇਕ ਰਸਤਾ ਦੇ ਨਾਲ ਇੱਕ ਕੰਟੀਨਿਊਮ ਦੇ ਵਿੱਚ ਲਗਾਤਾਰਤਾ ਨਾਲ ਵਿਆਪ ਰਿਹਾ ਹੈ ਇਸ ਨੂੰ ਜਦੋਂ ਤੁਸੀਂ ਬਿਲਕੁਲ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਆਂ ਡੈਫੀਨੇਸ਼ਨ ਸ਼ਬਦਾਂ ਦੇ ਵਿੱਚ ਲਫ਼ਜ਼ਾਂ ਦੇ ਅੰਦਰ ਤੇ ਇਹਦੇ ਵਿੱਚ ਲਿਟਰਲੀ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਆਪ ਖਾਕ ਤਰਤੀ ਪੁਲਾੜ ਜੀਆ ਜੰਤ ਪਸ਼ੂ ਪੰਛੀ ਮਨੁੱਖ ਦਿਸਦਾ ਅੰਦਿਸਦਾ ਸਭ ਉਹਦੇ ਵਿੱਚੋਂ ਆਇਆ ਹੈ ਉਹਦੇ ਵਿੱਚ ਆਮਾਜ ਆਏਗਾ ਓ ਓੰਕਾਰ ਹੈ ਮੇਰਾ ਤੁਹਾਡਾ ਸ਼ਬਦਾ ਰੂਪ ਵਜੂਦ ਸਿਰਜਣਹਾਰ ਚਲਾਉਣ ਵਾਲਾ ਤੇ ਅਲਟੀਮੇਟਲੀ ਇਸ ਰੂਪ ਵਜੂਦ ਨੂੰ ਅਮਾ ਦੇਣ ਵਾਲਾ ਆਪਣੇ ਆਪ ਦੇ ਵਿੱਚ ਉਹ ਅਹੰਕਾਰ ਹੈ ਇੱਕੋ ਅਹੰਕਾਰ ਪਰ ਆਪਾਂ ਸੁਣ ਵੀ ਰਹੇ ਹਾਂ ਪੜ੍ਹ ਵੀ ਰਹੇ ਹਾਂ ਬੋਲ ਵੀ ਰਹੇ ਹਾਂ ਪਰ ਸਮ ਹਾਉ ਜਿਹੜੀ ਸਾਡੀ ਚੇਤਨਾ ਹੈ ਕੌਨਸ਼ੀਅਸ ਉਹ ਨੂੰ ਕੁਝ ਨਹੀਂ ਨਾਉ ਨੂੰ ਸਮਝ ਆਉਂਦੀ ਹੈ ਨਾਉ ਮਾਨਦੀ ਹੈ ਮੈਨੂੰ ਤੁਸੀਂ ਹੋਰ ਲੱਗਦੇ ਹੋ ਮੈਂ ਹੋਰ ਲੱਗਦਾ ਤੀਜਾ ਹੋਰ ਲੱਗਦਾ ਚੌਥਾ ਹੋਰ ਲੱਗਦਾ ਮੇਰੇ ਅੰਦਰ ਤੁਹਾਡੇ ਪ੍ਰਤੀਰਖਾ ਵੀ ਹੈ ਦੁਆਇਖ ਵੀ ਹੈ ਜੈਲਸ ਵੀ ਹੈ ਸੇਮ ਤੁਹਾਡੇ ਵਿੱਚੋਂ ਮੇਰੇ ਵਾਲੇ ਪਾਸੇ ਨੂੰ ਆ ਰਿਹਾ ਹੈ ਮੈਨੂੰ ਇੱਥੇ ਵੈਰੀ ਵੀ ਦਿਖਦੇ ਨੇ ਵਿਰੋਧੀ ਵੀ ਦਿਖਦੇ ਨੇ ਆਪਣੇ ਵੀ ਦਿਖਦੇ ਨੇ ਬਗਾਨੇ ਵੀ ਦਿਖਦੇ ਨੇ ਮੈਨੂੰ ਇੱਥੇ ਚੰਗੇ ਵੀ ਦਿਖਦੇ ਨੇ ਮਾੜੇ ਵੀ ਦਿਖਦੇ ਨੇ ਸੋ ਗੁਣਾਤਮਕ ਪੱਖ ਤੋਂ ਮੈਂ ਗੁਣਾ ਦੇ ਜੀਵਨ ਨੂੰ ਅਪਣਾਉਣ ਦੀ ਬਜਾਏ ਇਸ ਮੇਰ ਤੇਰ ਆਪਣਤ ਨਾ ਆਪਣਤ ਬੇਗਾਨੀ ਨਾ ਬੇਗਾਨ ਇਹ ਸਾਰੇ ਚ ਜੀਣਾ ਵਾ ਇਹਦਾ ਕਾਰਨ ਹੈ ਮੈਂ ਓੰਕਾਰ ਨੂੰ ਨਹੀਂ ਮਾਨ ਪਾ ਰਿਹਾ ਮੈਂ ਉਹਦੇ ਤੋਂ ਲੋਅਰ ਲੈਵਲ ਤੇ ਹੁਣ ਤੱਕ ਕਿਵੇਂ ਪਹੁੰਚਾ ਆ ਵੀ ਕਹਿੰਦੇ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਬਖਸ਼ਿਸ਼ ਗ੍ਰੇਸ ਆਫ ਦਾ ਰੀਅਲ ਮਾਸਟਰ ਸੱਚ ਦਾ ਮਤਲਬ ਹੀ ਰੀਅਲ ਹੈ ਅਸਲ ਹੈ ਜਿਹੜਾ ਅਸਲ ਮਾਸਟਰ ਉਹਦੀ ਗ੍ਰੇਸ ਸਾਨੂੰ ਉਹਦੀ ਇੱਕ ਤਰ੍ਹਾਂ ਦੀ ਨਿਵਾਜਿਸ਼ ਜਿਹੜੀ ਹੈ ਸਾਨੂੰ ਉੱਥੋਂ ਤੱਕ ਲਿਜਾ ਸਕਦੀ ਹੈ ਸੋ ਇਸ ਸਿੱਖੀ ਆਸ਼ੇ ਚ ਅਸੀਂ ਗੁਰੂ ਦੀ ਪ੍ਰਸਾਦ ਗ੍ਰੇਸ ਨੂੰ ਪ੍ਰਾਪਤ ਕਰਨ ਦੀ ਐਫਰਟ ਕਰਦੇ ਆ ਖੈਰ ਹੁਣ ਅੱਗੇ ਬਚਨ ਪ੍ਰਾਰੰਭ ਹੋ ਰਿਹਾ ਹੈ ਪਹਿਲਾ ਹੀ ਪਦਾ ਰਹਾਉ ਦਾ ਪਦਾ ਹੈ ਛੋਟਾ ਕਾਰੀ 17 ਗੁਰੂ ਬਾਬਾ ਜੀ ਨੇ ਇਹਦੇ ਚ ਦਰਜ ਕੀਤੀਆਂ ਨੇ ਪੰਜ 17ਾਂ ਨੇ ਛੋਟੀਆਂ-ਛੋਟੀਆਂ ਕੁਝ-ਕੁਝ ਅੱਖਰਾਂ ਦੇ ਸੁਮੇਲ ਦੇ ਨਾਲ ਬਚਨ ਨੂੰ ਇੱਕ ਕਰੀ ਫਿਰ ਮੈਂ ਪੜ੍ਹ ਦਿੰਨਾ ਸਿਰਫ ਰਹਾਉ ਦੇ ਬੰਦ ਨੂੰ ਫਿਰ ਅਤੇ ਅਰਥ ਭਾਵ ਨੂੰ ਕਰਦਿਆਂ ਦੇਖ ਫੂਲ ਫੂਲ ਫੂਲੇ ਅਹੰਗ ਤਿਆਗ ਤਿਆਗੇ ਚਰਨ ਕਮਲ ਪਾਗੇ ਤੁਮ ਮਿਲੋ ਪ੍ਰਭ ਸੁਭਾਗੇ ਹਰ ਚੇਤ ਮਨ ਮੇਰੇ ਰਹਾਉ ਹਰ ਚੇਤ ਮਨ ਮੇਰੇ ਮਨ ਮੇਰੇ ਇਸ ਮੇਰੇ ਮਨ ਨੂੰ ਐਡਰੈਸ ਕੀਤਾ ਗਿਆ ਮੇਨ ਅਸੀਂ ਆਪਣੇ ਮਨ ਨੂੰ ਆਵਾਜ਼ ਦੇਣੀ ਹੈ ਇਹਦੇ ਬਾਬਤ ਬੜੀ ਡਿਟੇਲ ਚ ਗੱਲ ਹੋ ਸਕਦੀ ਹੈ ਪਰ ਮੈਂ ਟੂ ਕੁ ਮਾਤਰ ਪ੍ਰੈਕਟੀਕਲ ਸਾਈਡ ਤੋਂ ਐਗਜ਼ਾਮਪਲ ਕਰ ਦਿੰਨਾ ਵਾਂ ਕਿਉਂਕਿ ਮਨ ਮੇਰੇ ਇਹ ਸਿਰਫ ਲਫ਼ਜ਼ ਨਹੀਂ ਹੈਗੇ ਇਹ ਬਹੁਤ ਵੱਡਾ ਇੱਕ ਤਰੀਕਾ ਆ ਜਿਹੜਾ ਗੁਰੂ ਬਾਬਾ ਜੀ ਸਾਨੂੰ ਇੱਕ ਮੈਥਡ ਸਿਖਾ ਰਹੇ ਨੇ ਸਪਿਰਚੁਅਲ ਲੈਵਲ ਤੇ ਆਪਣੇ ਆਪ ਨੂੰ ਇੰਗੇਜ ਕਰਨ ਵਾਸਤੇ ਅੱਜ ਜਿਸ ਸੰਸਾਰ ਵਿੱਚ ਰਹਿ ਰਹੇ ਆਂ ਜਿਸ ਸਮਾਜ ਵਿੱਚ ਰਹਿ ਰਹੇ ਆਂ ਜਿਸ ਦੁਨੀਆ 'ਚ ਅਸੀਂ ਰਹਿ ਰਹੇ ਹਾਂ ਮਨ ਦੀ ਬੜੀ ਚਰਚਾ ਹੈ ਇੱਥੇ ਉਹਦਾ ਪਤਾ ਇਹ ਹੈ ਕਿ ਵੈਸਟਰਨ ਵਰਲਡ ਦੇ ਅੰਦਰ ਕਿਉਂਕਿ ਉਹ ਉਹਨਾਂ ਦਾ ਹੀ ਸਾਰਾ ਤਾਲੀਮੀ ਸਟਰਕਚਰ ਅਸੀਂ ਫਾਲੋ ਕਰਦੇ ਆਂ ਯੂਰੋਸੈਂਟ੍ਰਿਕ ਐਜੂਕੇਸ਼ਨਲ ਸਟਰਕਚਰ ਹੈ ਵਰਲਡਵਾਈਡ ਉਹਦੇ ਤਹਿਤ ਹੀ ਸਭ ਕੁਝ ਹੁੰਦਾ ਆ ਅੱਜ ਅਸੀਂ ਕਿਸੇ ਨੂੰ ਦੂਜੇ ਨੂੰ ਗੱਲ ਕਰੀਏ ਅੱਛਾ ਜੀ ਤੁਸੀਂ ਕਿੰਨਾ ਪੜ੍ਹੇ ਹੋ ਅਗਲਾ ਕਹਿੰਦੇ ਜੀ ਮੈਂ ਮੈਂ 12 ਪੜ੍ਹੀਆਂ ਨੇ ਮੈਂ 14 ਪੜ੍ਹੀਆਂ ਨੇ ਇਹ 14 12 ਪੜ੍ਹੀਆਂ ਕਿੱਥੋਂ ਆਈਆਂ ਵੈਸਟਰਨ ਵਰਲਡ ਨੇ ਸਿਖਾਇਆ ਉਹਨਾਂ ਨੇ ਕਲਾਸੀਫਾਈ ਕੀਤਾ ਹਰ ਚੀਜ਼ ਨੂੰ ਕਲਾਸਿਸ ਬਣਾਈਆਂ 1 ਕਲਾਸ 2nd ਕਲਾਸ 3rd ਕਲਾਸ ਇਸ ਰੂਪ ਦੇ ਵਿੱਚ ਸੋ ਇਹ ਫਸਟ ਕਲਾਸ ਆ ਇੱਕ ਕਲਾਸ ਆ ਦੋ ਕਲਾਸ ਆ ਤਿੰਨ ਕਲਾਸ ਇਸ ਰੂਪ ਦੇ ਵਿੱਚ ਫਿਰ ਉਹ ਸਾਰੇ ਦੇ ਅੰਦਰ ਇਹ ਚੀਜ਼ ਆਈ ਕਿ ਵੱਖਰੇ ਵੱਖਰੇ ਸਬਜੈਕਟਸ ਲੈਂਦੇ ਗਏ ਉਹਨਾਂ ਦੇ ਅਕੋਰਡਿੰਗਲੀ ਪੜਾਈ ਕੀਤੀ ਗਈ ਮੈਥ ਨੂੰ ਇੱਕ ਇਕਨੋਮਿਕਸ ਨਾਲ ਵੱਖਰਾ ਕੀਤਾ ਗਿਆ ਇਕਨੋਮਿਕਸ ਨੂੰ ਲਿਟਰੇਚਰ ਨਾਲ ਵੱਖਰਾ ਕੀਤਾ ਗਿਆ ਲਿਟਰੇਚਰ ਵਿੱਚੋਂ ਹਿਸਟਰੀ ਨੂੰ ਵੱਖਰਾ ਪੋਲੀਟিক্যাল ਸਾਇੰਸ ਨੂੰ ਵੱਖਰਾ ਕੀਤਾ ਗਿਆ ਫਿਰ ਉਹ ਜਗ੍ਹਾ ਸੋਸ਼ੀਓਲੋਜੀ ਨੂੰ ਹੋਰ ਸੈਪਰਟਾਈਜ਼ ਕਰ ਦਿੱਤਾ ਗਿਆ ਫਿਰ ਉਹ ਸਬਜੈਕਟ ਬਾਏ ਸਬਜੈਕਟ ਇੱਥੇ ਸਾਰੇ ਦੀਆਂ ਸਾਰੀਆਂ ਕੀਤੀਆਂ ਗਈਆਂ ਇਹ ਸਾਰੇ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਵਰਲਡ ਨੂੰ ਬੈਟਰ ਬਣਾ ਰਹੇ ਹਾਂ ਇਹਨੂੰ ਅਸੀਂ ਚੰਗਾ ਹੋਰ ਵਧੀਆ ਲੀਵੇਬਲ ਕਰ ਰਹੇ ਹਾਂ ਸਭ ਇਹ ਸਾਰੇ ਨੂੰ ਅਸੀਂ ਸਟਰਕਚਰ ਦੇ ਰਹੇ ਹਾਂ ਸਭ ਚੀਜ਼ਾਂ ਹੋਈਆਂ ਇਦੇ ਵਿੱਚੋਂ ਹੀ ਐਲੋਪੈਥੀ ਜਿਹੜਾ ਮੈਡੀਕਲ ਵਰਲਡ ਆ ਜਿਹਦੇ ਚ ਅਸੀਂ ਸਭ ਦਵਾਈਦਾਰੂ ਸਭ ਚੀਜ਼ਾਂ ਦੇਖਦੇ ਆ ਇਹ ਇਖਜ਼ਾਦ ਹੋਈਆਂ ਹੌਲੀ ਹੌਲੀ ਕਰਕੇ ਰਿਵਰਸ ਸਾਇੰਸ ਦੇ ਅੰਦਰ ਹਰ ਚੀਜ਼ ਨੂੰ ਜਿਹੜਾ ਹੈ ਸਮਝਦੇ ਆ ਸਮਝਾਉਂਦੇ ਆ ਖੈਰ ਕੋਈ ਗੱਲ ਬਨ ਸਦੀ ਪਹਿਲਾਂ ਕਹਿ ਲਈਏ ਸਾਈਮਨ ਫਰਾਇਡ ਜੋ ਪਹਿਲਾ ਮਨੋਵਿਗਿਆਨੀ ਮੰਨਿਆ ਗਿਆ ਜਿਨੇ ਮਨੋਵਿਗਿਆਨ ਨੂੰ ਜਨਮ ਦਿੱਤਾ ਜਨਮਦਾਤਾ ਉਹਦਾ ਪਿਤਾ ਮਾਂ ਕਹੇ ਲੋਦਾ ਜਿਹੜਾ ਗੋਡ ਫਾਦਰ ਮੰਨਿਆ ਜਾਂਦਾ ਹੈ ਇਨੇ ਸਾਈਕੋਥੈਰੇਪੀ ਦੀ ਪਹਿਲੀ ਵਾਰੀ ਗੱਲ ਕੀਤੀ ਯੂਰਪ ਦੇ ਵਿੱਚ ਉਸਨੇ ਡਾਕਟਰ ਸੀਗਾ ਫਿਜੀਸ਼ੀਨ ਮਰੀਜ਼ਾਂ ਨੂੰ ਸੁਣਿਆ ਪੜਿਆ ਦੇਖਿਆ ਉਹਨਾਂ ਦੀਆਂ ਬਿਮਾਰੀਆਂ ਸੁਣੀਆਂ ਦਵਾਈਆਂ ਦਿੱਤੀਆਂ ਉਹਨੂੰ ਪਤਾ ਲੱਗਾ ਨਹੀਂ ਨਹੀਂ ਅਸਲ ਵਿੱਚ ਹਰ ਚੀਜ਼ ਨੂੰ ਤੁਸੀਂ ਫਿਜ਼ੀਕਲ ਐਂਗਲ ਤੋਂ ਟਰੀਟ ਨਹੀਂ ਕਰ ਸਕਦੇ ਫਿਜ਼ੀਕਲ ਤੋਂ ਬਿਯੋਂਡ ਵੀ ਕੁਝ ਹੈਗਾ ਹੁਣ ਫਿਜ਼ੀਕਲ ਤੋਂ ਬਿਯੋਂਡ ਕੀ ਹੈ ਉੱਥੋਂ ਗੱਲ ਸ਼ੁਰੂ ਹੋਈ ਸਾਈਕੀ ਦੀ ਜਿਹੜਾ ਸਾਈਕਿਕ ਵਰਲਡ ਹੈ ਇਹਦੀ ਗੱਲ ਕੀਤੀ ਜੀ ਮਨੁੱਖ ਆਪਣੇ ਆਪ ਦੇ ਵਿੱਚ ਸਿਰਫ ਫਿਜ਼ੀਕਲ ਸਟਰਕਚਰ ਨਹੀਂ ਹੈ ਨਹੀਂ ਤਾਂ ਉਦੋਂ ਤੱਕ ਇਹੀ ਮੰਨਿਆ ਜਾਂਦਾ ਸੀਗਾ ਕਿ ਬਸ ਇਹਨੂੰ ਟਰੀਟ ਕਰੋ ਇਹਦੀ ਹੀ ਦਵਾਈ ਦਾਰੂ ਕਰੋ ਇਹਦੇ ਵਿੱਚੋਂ ਹੀ ਸਭ ਚੀਜ਼ਾਂ ਠੀਕ ਹੋ ਜਾਣਗੀਆਂ ਉਹ ਕਹਿੰਦੇ ਨਹੀਂ ਨਹੀਂ ਇਸ ਤੋਂ ਬਿਓਂਡ ਆ ਉਹਦਾ ਖਾਸ ਕਰਕੇ ਜਿਹੜਾ بڑا ਸ਼ਾਹਕਾਰ ਬਣਿਆ ਕਲਾਸਿਕਲ ਰਚਨਾ ਬਣੀ ਜਿਹੜੀ ਡ੍ਰੀਮ ਅਨਾਲਿਸਿਸ ਜਦੋਂ ਉਹਨੇ ਲੋਕਾਂ ਦੀਆਂ ਗੱਲਾਂ ਸੁਣੀਆਂ ਖਾਸ ਕਰਕੇ ਉਹਨੇ ਆਪਣੇ ਮਰੀਜ਼ਾਂ ਨੂੰ ਕਿਹਾ ਮੈਨੂੰ ਆਪਣੇ ਸੁਪਨੇ ਸੁਣਾਓ ਲੋਕਾਂ ਸੁਪਨੇ ਸੁਣਾਏ ਜਾ ਕੇ ਸੁਣਾ ਸੁਪਨੇ ਮਨ ਦਾ ਵੇਗ ਅਸਲ ਵਿੱਚ ਸੁਪਨੇ ਸਾਡੇ ਅੰਦਰ ਜੋ ਖਿਆਲਾਂ ਦੇ ਪੜਾਅ ਚੱਲਦੇ ਨੇ ਉਹ ਸਾਡੇ ਕੁਝ ਕੌਨਸ਼ੀਅਸ ਲੈਵਲ ਤੇ ਪਕੜ ਚਾਉਂਦੇ ਨੇ ਤੇ ਉਹਨਾਂ ਨੇ ਸੁਪਨੇ ਕਹਿੰਨੇ ਆ। ਉਹਦੇ ਚ ਉਸਨੇ ਕਿਹਾ ਵੀ ਮੈਨੂੰ ਸੁਪਨੇ ਦੱਸੋ ਸੁਪਨੇ ਦੱਸੇ ਸੁਪਨਿਆਂ ਚ ਉਹਨੇ ਕਿਹਾ ਕਿ ਹਾਂ ਟਡੀਆਂ ਜਿਹੜੀਆਂ ਮੁਸ਼ਕਲਾਂ ਨੇ ਖਾਸ ਕਰਕੇ ਬਿਮਾਰੀਆਂ ਨੇ ਇਹਦੇ ਕੋਈ ਬਹੁਤ ਗਹਿਰੀਆਂ ਜੜ੍ਹਾਂ ਨੇ ਉਸ ਪਾਸੇ ਚ। ਸੋ ਪਹਿਲੀ ਵਾਰੀ ਮਨ ਦੀ ਚਰਚਾ ਹੋਈ ਯੂਰਪ ਦੇ ਵਿੱਚ ਮਨ ਦੀ ਚਰਚਾ ਹੋਈ ਉਸ ਖੇਤਰ ਦੇ ਵਿੱਚ ਹੌਲੀ ਹੌਲੀ ਕਰਦਿਆਂ ਕਰਦਿਆਂ ਅੱਜ ਮਨ ਦੇ ਪੱਧਰ ਤੇ ਇਤਨਾ ਜ਼ਿਆਦਾ ਮਤਲਬ ਇਸ ਤਰ੍ਹਾਂ ਕਹਿ ਲਈਏ ਕਿ ਪੂਰਦਾ ਪੂਰਾ ਪੜਾ ਹੀ ਇਹਦੇ ਤੇ ਆ ਚੁੱਕਾ ਆ ਅੱਜ ਸਾਡੇ ਇੱਥੇ ਆ ਨੈਕਸਟ ਪਿਛਲਾ ਜਿਹੜਾ ਪ੍ਰੋਵਿੰਸ਼ੀਅਲ ਇਲੈਕਸ਼ਨ ਲੜਿਆ ਗਿਆ ਸੀਗਾ ਉਹਦੇ ਵਿੱਚ ਅਫੋਰਡੇਬਿਲਟੀ ਤੇ ਉਹਦੇ ਨਾਲ ਮੈਂਟਲ ਹੈਲਥ ਸੀਗੀ ਨੈਕਸਟ ਫੈਡਰਲ ਇਲੈਕਸ਼ਨ ਡੈਫੀਨਿਟਲੀ ਇਸ ਗੋਣਾ ਬੀ ਟੋਟਲੀ ਟੂਵਰਡ ਦਾ ਮੈਂਟਲ ਹੈਲਥ ਸਾਈਡ ਤੇ ਉਸ ਤੋਂ ਬਾਅਦ ਫਿਰ ਲਗਾਤਾਰਤਾ ਨੀਲੇ ਚੀਜ਼ ਹੋਏਗੀ ਵਰਲਡਵਾਈਡ ਇੱਕ ਪ੍ਰ ਤੁਸੀ ਦੇਖੋਗੇ ਇਕੋਇੰਗ ਹੋ ਰਹੀ ਇਕ ਪੂਰਾ ਜਿਹੜਾ ਸਾਊਂਡ ਪ੍ਰੋਡਿਊਸ ਹੋ ਰਿਹਾ ਹੈ ਮੈਂਟਲ ਹੈਲਥ ਮੈਂਟਲ ਹੈਲਥ ਇਹ ਸਾਰਾ ਕੁਝ ਇੱਕ ਮਨ ਦੀ ਸਾਰੀ ਗੱਲ ਆ ਮਨ ਦੀ ਦਰਸਤਗੀ ਨਾਲ ਹੀ ਬੰਦੇ ਦੀ ਦਰਸਤਗੀ ਹੈ ਫਿਰ ਆਪਾਂ ਥੋੜਾ ਜਿਹਾ ਹੋਰ ਆ ਜਾਈਏ ਡੀਪ ਲੈਵਲ ਤੇ ਅੱਜ ਆਪਾਂ ਜਿਸ ਵਰਲਡ ਵਿੱਚ ਰਹਿ ਰਹੇ ਹਾਂ ਇਸ ਨੂੰ ਲੋਕ ਸੁਪਨਿਆਂ ਦਾ ਮੁਲਕ ਕਹਿੰਦੇ ਨੇ ਸੁਪਨਿਆਂ ਦਾ ਇਲਾਕਾ ਕਹਿੰਦੇ ਨੇ ਕਿਵੇਂ ਲੋਕ ਵਿਚਾਰੇ ਜ਼ਿੰਦਗੀ ਦੀ ਹਰ ਤਰੀਕੇ ਦੀ ਮੁਸ਼ਕਲ ਤਕਲੀਫ ਨੂੰ ਜਿਹੜਾ ਚੱਲਦਿਆਂ ਹੋયા ਇਹਨਾਂ ਮੁਲਕਾਂ 'ਚ ਪਹੁੰਚਣਾ ਚਾਹੁੰਦੇ ਨੇ ਸਟਰਗਲ ਕਰਦੇ ਨੇ ਸਭ ਚੀਜ਼ਾਂ ਹੁੰਦੀਆਂ ਨੇ ਪਰ ਆਪਾਂ ਦੇਖੀਏ ਜੇ ਅਸੀਂ ਜਿੱਥੇ ਰਹਿ ਰਹੇ ਹਾਂ ਇਸ एवरीथिंग 컬러ਫੁਲ ਇਸ एवरीथिंग ਵੈਰੀ ਕਲੀਅਰ ਐਂਡ ਨਾਈਸ ਇਸ एवरीथिंग ਇਜ਼ ਵੈਰੀ ਯੂ ਕੈਨ ਸੇ ਬ੍ਰਿੰਗਿੰਗ ਸਮ ਸੋਰਟ ਆਫ ਹੈਪੀਨੈਸ ਟੂਵਰਡ ਅਸ ਨੋਟ ਐਗਜ਼ੈਕਟਲੀ ਆਪਾਂ ਜੇ بڑے ਗਾਉ ਨਾਲ ਦੇਖੀਏ ਤੇ ਜਿਹੜੀ ਸੈਕਿੰਡ ਜਨਰੇਸ਼ਨ ਨੇ ਫਸਟ ਜਨਰੇਸ਼ਨ ਚਲੋ ਸਟਰਗਲ ਕੀਤਾ ਸਭ ਕੁਝ ਹੋਇਆ ਸੈਕਿੰਡ ਜਨਰੇਸ਼ਨ ਦੇ ਜ ਵੱਡੇ ਪੱਧਰ ਤੇ ਬੱਚਿਆਂ ਦੇ ਇਸ਼ੂਜ਼ ਦੇਖੋ ਤੁਸੀਂ ਆ ਤੋਂ ਮੈਂ ਦੋ ਚਾਰ ਨਾਂ ਲੈ ਦੇ ਨਵਾ ਏ ਡੀ ਡੀ ਏ ਡੀ ਏ ਡੀ ਐਚ ਡੀ او ਸੀ ਡੀ ਵਾਟ ਆਰ ਥੀਸ ਸਾਰੇ ਮੈਂਟਲ ਹੈਲਥ ਡਿਸਆਰਡਰਸ ਨੇ ਕਿਤੇ ਬਹੁਤ ਮਾਈਨਰ ਆ ਕਿਤੇ ਬੜਾ ਸਵੀਅਰ ਆ ਕਿਤੇ ਮੋਡਰੇਟ ਆ ਇਹ ਸਾਰੇ ਰੂਪ ਵਿੱਚ ਚੱਲਦੇ ਫਿਰ ਇਸ ਤੋਂ ਗੱਲ ਸ਼ੁਰੂਆਤ ਵਿੱਚ ਹੋ ਰਹੀ ਇਸ ਤੋਂ ਬਾਅਦ ਅੱਗੇ ਤੁਸੀਂ ਇੱਕ ਤੋਂ ਬਾਅਦ ਇੱਕ ਮੈਂਟਲ ਡਿਸਆਰਡਰਸ ਦਾ ਪੂਰ ਦਾ ਪੂਰਾ ਪੜਾ ਖੁੱਲ ਜਾਂਦਾ ਤੁਸੀਂ ਸਾਰੇ ਦੇ ਉੱਤੇ ਅੱਜ ਬੜੀ ਚਰਚਾ ਹੋ ਰਹੀ ਏ ਬੜਾ ਇਹਦੇ ਤੇ ਜ਼ਿਕਰ ਆਪਤਾ ਹੋ ਰਹੀ ਏ ਮੈਂ ਕਿਹਾ ਮਨ ਦੀ ਖੇਡ ਸਾਰੀ ਹੁਣ ਗੱਲ ਹੋ ਰਹੀ ਏ ਇਹਦੇ ਚ ਛੋਟੀ ਜੀ ਟੂਕ ਮਾਤਰਾ ਦੀ ਬੇਨਤੀ ਕਰਨ ਲੱਗਾ ਸੀ ਉਹ ਕੋਈ ਬਚਨ ਆ ਰਿਹਾ ਸੀਗਾ ਹਰ ਚੇਤ ਮਨ ਮੇਰੇ ਗੁਰੂ ਅਰਜਨ ਸਾਹਿਬ ਲਿਖ ਰਹੇ ਨੇ ਐਵੇਂ ਬਾਣੀ ਦਾ ਕੋਈ ਪੀਸ ਗੁਰੂ ਬਾਬਾ ਜੀ ਨੇ ਪ੍ਰੋਡਿਊਸ ਕਰਕੇ ਸਾਨੂੰ ਨਹੀਂ ਦਿੱਤਾ ਇਹਦਾ ਇੱਕ ਬੜਾ ਵੱਡਾ ਆਸ਼ਾ ਹੈ ਬੜੀ ਵੱਡੀ ਨਿਵਾਜਿਸ਼ ਹੈ ਗੁਰੂ ਮਹਾਰਾਜ ਦੀ ਜਿਹਨੂੰ ਅਸੀਂ ਜਿੰਨੀਕ ਸਾਨੂੰ ਤਾਲੀਮ ਵਾਲੇ ਦੁਆਲੇ ਜਿੰਨਾਕ ਐਜੂਕੇਟ ਕਰਨ ਜੋਗਾ ਸਾਡੇ ਕੋਲ ਸਰਸਸ ਅਵੇਲੇਬਲ ਨੇ ਉਹਨਾਂ ਸਾਰਿਆਂ ਨਾਲ ਜਦੋਂ ਮੈਚ ਕਰਕੇ ਦੇਖਦੇ ਆ ਫਿਰ ਪਤਾ ਲੱਗਦਾ ਆ ਚੀਜ਼ ਕੀ ਆ ਰਚਨਾ ਕੀ ਹੈ ਸੋਨਾ ਸਾਡੇ ਹੋ ਸਕਦਾ ਜੇਬ ਵਿੱਚ ਹੋਏ ਹੱਥੇ ਚ ਹੋਏ ਪਰ ਸਾਨੂੰ ਕੋਈ ਪਤਾ ਨਹੀਂ ਉਹਦਾ ਜਿਵੇਂ ਤੁਸੀਂ ਉਸ ਨੂੰ ਕਿਸੇ ਮਾਹਰ ਕੋਲ ਲੈ ਕੇ ਜਾਂਦੇ ਹੋ ਸਰਾਫ ਕੋਲ ਲੈ ਕੇ ਜਾਂਦੇ ਹੋ ਉਹ ਕਸਵੱਟੀ ਲਾਉਂਦਾ ਹੈ ਹੋਰ ਮਟੀਰੀਅਲ ਵਾਲੇ ਦੁਆਲੇ ਦਿਖਾਉਂਦਾ ਦਿਖਾਉਂਦਾ ਆ ਸੋਨਾ ਹੈ ਆ ਚਾਂਦੀ ਹੈ ਉਸ ਤੋਂ ਬਾਅਦ ਆ ਤਾਂਬਾ ਹੈ ਆ ਪਿੱਤਲ ਹੈ ਆ ਔਰ ਕੋ ਐਲਮੀਨੀਅਮ ਹੈ ਕੋਈ ਚੀਜ਼ ਸਾਰੀਆਂ ਤਾਤਾਂ ਬਖਾਉਂਦਾ ਉਹ ਕਹਿੰਦਾ ਇਹਦੀ ਕੀਮਤ ਆਇਆ ਇਹਦੀ ਕੀਮਤ ਆਇਆ ਇਹਦੀ ਕੀਮਤ ਆਇਆ ਆ ਸਭ ਤੋਂ ਕੀਮਤੀ ਹੈ ਸੋਨਾ ਫਿਰ ਇਹਦੇ ਵਿੱਚ ਵੀ ਅੱਗੇ ਕੈਟੇਗੋਰਾਇਜ਼ ਕੀਤਾ ਗਿਆ ਹੈ ਸੁਣੋ ਇਹ ਕਿੰਨੇ ਕੈਰਟ ਬਣਦੀਆਂ ਨੇ ਇਹਦੇ 12 ਬਣਦੀਆਂ ਨੇ 10 ਬਣਦੀਆਂ 14 ਬਣਦੀਆਂ ਕਿਸ ਰੂਪ ਦੇ ਵਿੱਚ ਇਹ 12 ਮੰਨੀ ਦਾ ਹੈ 14 ਮੰਨੀ ਦਾ 16 ਮੰਨੀ ਦਾ ਇਹ ਮਤਲਬ ਇਸ ਸਾਰੇ ਰੂਪ ਦੇ ਵਿੱਚ ਆਪਾਂ ਜਦੋਂ ਕੰਪੈਰੀਟਿਵ ਲੈਵਲ ਤੇ ਦੇਖੀਏ ਇਸ ਬਾਣੀ ਦੇ ਸ ਸੰਦੇਸ਼ ਨੂੰ ਫਿਰ ਪਤਾ ਲੱਗਦਾ ਹਾਂ ਮਹਾਰਾਜ ਕਿੰਨੇ ਵਰੇ ਪਹਿਲਾਂ ਕਹਿਓ ਜੀ ਕਿੰਦੀ ਕਾਮਲ ਬਾਤ ਸਾਨੂੰ ਸਮਝਾ ਰਹੇ ਨੇ ਅਸੀਂ ਉਸ ਰੂਪ ਵਿੱਚ ਉਸ ਨੂੰ ਨਹੀਂ ਪਕੜ ਪਾ ਰਹੇ ਅੱਜ ਸਪੋਜ਼ ਕਰੋ ਏ ਡੀ ਐਚ ਡੀ ਦੀ ਗੱਲ ਕੀਤੀ ਜਾਂਦੀ ਹੈ ਅਟੈਂਸ਼ਨ ਡਿਫੀਸ਼ੈਂਸੀ ਦੇ ਬੱਚਿਆਂ ਦੇ ਵਿੱਚ ਹਾਈਪਰਟਨਸ ਦਾ ਡਿਸਆਰਡਰ ਜਿਹੜਾ ਬੱਚਾ ਨੂੰ ਹੁੰਦਾ ਤੇ ਬੱਚੇ ਸਕੂਲ ਜਾਂਦੇ ਟੀਚਰ ਮਾਪਿਆਂ ਨੂੰ ਬੁਲਾਉਂਦਾ ਕਹਿੰਦਾ ਯੂ نو ਤੁਹਾਡਾ ਬੱਚਾ ਜਿਹੜਾ ਬੜਾ ਹਾਈਪਰ ਹੈ ਤੁਹਾਡਾ ਬੱਚਾ ਮੇਰੀ ਗੱਲ ਨਹੀਂ ਸੁਣਦਾ ਅਟੈਂਸ਼ਨ ਪੇ ਨਹੀਂ ਕਰਦਾ ਇਹ ਡਾਇਗਨੋਸਮੈਂਟ ਕਰਾਉ ਜਾ ਕੇ ਮਾਪੇ ਵਿਚਾਰੇ ਅਸੈਸਮੈਂਟ ਕਰਾਉਂਦੇ ਨੇ ਉਹ ਕਹਿੰਦੇ ਹਾਂਜੀ ਆ ਮਤਲਬ ਕਹਿ ਲੋ ਕਿ ਮਾਈਨਰ ਟੂ ਮੋਡਰੇਟ ਲੈਵਲ ਦਾ ਆਈਡੀਐਚਡੀ ਹੈ ਇਸ ਨੂੰ ਹੁਣ ਆਈਡੀਐਚਡੀ ਇਹਨਾਂ ਸੁਣਦਿਆਂ ਨਾਲੇ ਮਾਪੇ ਡਿੱਗ ਜਾਂਦੇ ਆ ਕੀ ਬਣ ਗਿਆ ਹਾਲਾਂਕਿ ਜੇ ਸੋਸਾਇਟੀ ਚ ਰਹਿ ਰਹੇ ਆ ਇਹਦੀ ਜੀ ਮਾਮੂਲੀ ਜੀ ਗੱਲ ਇਹ ਕੀਤੀ ਜਾਂਦੀ ਹੈ ਵੀ ਜੇ ਕਿਸੇ ਚੀਜ਼ ਦੀ ਦਵਾਈ ਅਵੇਲੇਬਲ ਹੈ ਦਵਾਈ ਖਾਓ ਕੀ ਲੋੜ ਆ ਐਵੇਂ ਪ੍ਰੀਕਾਸ਼ਨਸ ਲੈਣ ਦੀ ਸਾਰੇ ਕਾਸੇ ਦੀ ਕਿਸ ਚੱਕਰ ਚ ਪਏ ਆ ਸੋਏ ਵੱਡੇ ਪੱਧਰ ਤੇ ਦਵਾਈਆਂ ਵੀ ਖਵਾਈਆਂ ਜਾਂਦੀਆਂ ਨੇ ਬੱਚਿਆਂ ਨੂੰ ਖਵਾਉਣੀ ਸ਼ੁਰੂ ਕਰਤੀਆਂ ਜਾਂਦੀਆਂ ਨੇ ਖੈਰ ਜਿਵੇਂ ਜਿਵੇਂ ਸਟੱਡੀਜ਼ ਹੋਈਆਂ ਉਹ ਚੀਜ਼ਾਂ ਪਤਾ ਲੱਗਾ ਹਰ ਚੀਜ਼ ਨੂੰ ਐਵੇਂ ਇੱਕਦਮ ਜਿਹੜਾ ਦਵਾਈ ਖਾਣ ਵਾਲੇ ਪਾਸੇ ਨਾ ਤੁਰਿਆ ਜਾ ਕੁਝ ਹੋਰ ਅਪਰੋਚ ਅਡਾਪਟ ਕਰਕੇ ਦੇਖੀ ਜਾ ਇੱਕ ਬਿਹੇਵੀਅਰ ਸਾਈਡ ਤੇ ਅਪਰੋਚ ਹੀ ਲਿਆਂਦੀ ਗਈ ਵੀ ਸੁਪੋਜ਼ ਟੀਚਰ ਜੇ ਥੋੜੀ ਜਿਹੀ ਐਫਰਟ ਐਕਸਟਰਾ ਪਾ ਲੈਣ ਈਵਨ ਥੋ ਬੱਚਾ ਬਹੁਤ ਅਟੈਂਸ਼ਨ ਪੇ ਨਹੀਂ ਕਰ ਰਿਹਾ ਉਹਦੇ ਚ ਹਾਈਪਰਨੈਸ ਜ਼ਿਆਦਾ ਹੈ ਡਿਊ ਟੂ ਦੋਜ਼ ਥੈਟ ਹਾਈਪਰ ਬਿਹੇਵੀਅਰ ਉਹ ਪ੍ਰੋਪਰ ਕਲਾਸ ਨੂੰ ਆਪਣੇ ਜਿਹੜਾ ਉਹ ਇਨਟੇਕ ਨਹੀਂ ਕਰ ਪਾ ਰਿਹਾ ਉਹਦੇ ਚ ਪ੍ਰੋਪਰਲੀ ਉਹਦੇ ਚ ਹੋਇਆ ਕਿ ਟੀਚਰ ਨੇ ਇੱਕ ਸਟਰੈਟਜੀ ਅਡਾਪਟ ਕੀਤੀ ਸਟਰੈਟਜੀ ਕੀ ਹੈ ਦੋ ਪਲ ਨਾਲ ਰਿਓ ਮੇਰੇ ਸਟਰੈਟਜੀ ਇਹ ਹੈ ਕਿ ਜਦੋਂ ਉਸਨੇ ਸਾਰੀ ਕਲਾਸ ਨੂੰ ਇਨਸਟ੍ਰਕਟ ਕੀਤਾ ਉਹਨੇ ਕਿਹਾ ਕਿ ਯੂ نو ਆਮ ਗੋਇੰਗ ਟੂ ਰਾਈਟ ਸਮ ਸੈਂਟੈਂਸਸ ਓਨ ਦਾ ਬੋਰਡ ਜਸਟ ਆਮ ਗਿਵਿੰਗ ਐਗਜ਼ਾਮ ਐਨ ਐਗਜ਼ੈਂਪਲ ਐਂਡ ਯੂ ਗਾਇਜ਼ ਐਜ਼ ਅ ਕਲਾਸ ਹੈਵ ਟੂ ਰੀਰਾਈਟ অর ਕਾਪੀ ਓਨ ਯੋਰ ਐਕਚੁਅਲੀ ਪੇਪਰ ਵਟ ਆਮ ਰਾਈਟਿੰਗ ਓਵਰ ਹੇਅਰ ਠੀਕ ਹੈ ਜੀ ਬੱਚਿਆਂ ਨੇ ਉਹਨੂੰ ਲਿਖਣਾ ਸ਼ੁਰੂ ਕਰਤਾ ਜੋ ਮੈਂ ਬੋਰਡ ਤੇ ਲਿਖਿਆ ਆ ਇਹਨੂੰ ਤੁਸੀਂ ਸਾਰੇ ਦੇ ਸਾਰੇ ਕਾਪੀ ਕਰੋਗੇ ਠੀਕ ਬੱਚਿਆਂ ਸਾਰਿਆਂ ਨੂੰ ਕਲਾਸ ਇਨਸਟਰਕਸ਼ਨ ਦੇ ਦਿੱਤੀ ਉਸਨੇ ਮੀਨਵਾਈਲ ਉਸੇ ਸਮੇਂ ਹੀ ਜਦੋਂ ਨੇ ਸਾਰੀ ਕਲਾਸ ਨੂੰ ਇਨਸਟਰਕਟ ਕੀਤਾ ਜਿਹੜੇ ਬੱਚਿਆਂ ਤੋਂ ਉਹਨੂੰ ਤਵਕਕੋ ਹੈ ਕਿ ਇਹ ਅਟੈਂਸ਼ਨ ਪੇ ਨਹੀਂ ਕਰਨਗੇ ਇਹ ਮੇਰੀ ਹਦਾਇਤ ਨਹੀਂ ਮੰਨਣਗੇ ਬਕਾਇਦਾ ਤੌਰ ਤੇ ਅੱਜ ਕੱਲ ਟ੍ਰੇਨਡ ਪ੍ਰੋਫੈਸ਼ਨਲਸ ਕਹਿੰਦੇ ਉਹਨਾਂ ਨੂੰ ਤੁਸੀਂ ਇੱਕ ਕੰਮ ਕਰਨਾ ਹੈ ਸਾਰੀ ਕਲਾਸ ਨੂੰ ਇਨਸਟਰਕਸ਼ਨ ਦੇਣ ਤੋਂ ਬਾਅਦ ਉਸ ਕੱਲੇ ਕੱਲੇ ਬੱਚੇ ਦਾ ਨਾਮ ਲੈਣਾ ਹੈ ਸੁਪੋਜ਼ ਐਗਜ਼ਾਮਪਲ ਦੇ ਤੌਰ ਤੇ ਇੱਕ ਬੱਚੇ ਦਾ ਨਾਮ ਹਰੀ ਸਿੰਘ ਹੈ ਇੱਕ ਬੱਚੇ ਦਾ ਨਾਮ ਟੌਮ ਹੈ ਇੱਕ ਬੱਚੇ ਦਾ ਨਾਮ ਸਮਿਥ ਹੈ ਜਾਂ ਕੁਝ ਵੀ ਕਿਸੇ ਤਰੀਕੇ ਦਾ ਵੀ ਉਸਨੇ ਆਵਾਜ਼ ਦੇ ਕੇ ਕਹਿਣੀ ਹੈ ਹਣਾ ਹਰੀ ਸਿੰਘ ਆਰ ਯੂ ਗੈਟਿੰਗ ਮੀ ਵਟ ਆਮ ਸੇਇੰਗ ਆਮ ਗੋਨਾ ਰਾਈਟ ਫਿਊ ਵਰਡਸ ਹੇਅਰ ਓਨ ਦਾ ਬੋਰਡ ਐਂਡ ਯੂ ਗੋਨਾ ਕਾਪੀਟ ਰਿਪੀਟ ਆਫਟਰ ਮੀ ਉਹਨੇ ਰਿਪੀਟ ਕੀਤਾ ਗੱਲ ਪੱਕੀ ਹੋਈ ਸੇਮ ਦੁੱਤੀ ਦੇ ਦੁੱਤੇ ਬੱਚੇ ਸੇਮ ਤੀਜੇ ਬੱਚੇ ਨਾ ਇਹ ਹੈ ਕਿਸੇ ਦੀ ਅਟੈਂਸ਼ਨ ਪਰਸਨਲ ਤੌਰ ਤੇ ਬਾਏ ਕਰ ਲੈਣਾ ਇੱਥੋਂ ਕਹਿੰਦੇ ਤੁਹਾਡੀ ਪ੍ਰੋਬਲਮ 90% ਸੋਲਵ ਹੋ ਗਏ ਤੁਸੀਂ ਜਿਹੜੀ ਮੁਸੀਬਤ ਸੀ ਜਾਂ ਮੁਸ਼ਕਲ ਸੀ ਵੀ ਇਹਨੇ ਅਟੈਂਡ ਨਹੀਂ ਕਰਨਾ ਇਹਨੇ ਅਟੈਂਸ਼ਨ ਪੇ ਨਹੀਂ ਕਰਨੀ ਹੁਣ ਉਹ ਕਰ ਲਵੇਗਾ ਇਨ ਬਿਨ ਮੰਨ ਦੀ ਅਵਸਥਾ ਆਪਾਂ ਮੂੰਹ ਨਾਲ ਪਾਠ ਪੜ੍ਹਦੇ ਆਂ ਅੱਖਾਂ ਦੇ ਨਾਲ ਆਪਾਂ ਪਾਠ ਨੂੰ ਜਿਹੜਾ ਹੈਗਾ ਵੇਖਦੇ ਹਾਂ ਦੁਹਰਾਉਂਦੇ ਹਾਂ ਕੰਨਾਂ ਨਾਲ ਸੁਣਦੇ ਹਾਂ ਫਿਰ ਇਹ ਸਭ ਕਰਨ ਦੇ ਬਾਵਜੂਦ ਵੀ ਮਨ ਅਧਾਰਤ ਰਹਿੰਦਾ ਹੈ ਮਨ ਸੋਚਦਾ ਇਹ ਮੂੰਹ ਦਾ ਕੰਮ ਹੈ ਬੋਲਣਾ ਬੋਲ ਰਿਹਾ ਬੋਲੀ ਜਾਏ ਕੰਨ ਕੰਨਾਂ ਨੂੰ ਕਹਿੰਦਾ ਕੰਨ ਸੁਣਦੇ ਨੇ ਸੁਣੀ ਜਾਣ ਇਸੇ ਕਰਕੇ ਸਾਡੀ ਹੀਰਿੰਗ ਬੜੀ ਸਿਲੈਕਟਿਵ ਹੈ ਅਸੀਂ ਹਰ ਚੀਜ਼ ਨਹੀਂ ਸੁਣਦੇ ਉਹਦੇ ਵਿੱਚੋਂ ਸਪੋਜ਼ ਜੇ 10 ਗੱਲਾਂ ਕੀਤੀਆਂ ਗਈਆਂ ਨੇ ਉਹ ਚੋਂ ਇੱਕ ਗੱਲ ਸੁਣੀ ਗਈ ਕਿਉਂ ਬਾਕੀ ਤੇ ਕੰਨਾਂ 'ਚ 10 ਦੀਆਂ 10 ਪਈਆਂ ਨੇ ਨੌ ਕਿੱਧਰ ਗਈਆਂ ਮਨ ਨੇ ਕਿਹਾ ਉਹ ਕੇਅਰ ਆਈ ਡੋਟ ਆਈ ਡੋਟ ਵਾਂਟ ਟੂ ਐਚਲੀ ਹਿਅਰ ਥੈਮ ਜੇ ਮਨ ਨੇ ਕਹਤਾ ਬਿਨਾ ਸ਼ੱਕ ਤਨ ਦੇ ਪੂਰੇ ਇਹ ਇਕੁਪਮੈਂਟਸ ਪ੍ਰੋਪਰ ਕੰਮ ਕਰ ਰਹੇ ਨੇ ਪ੍ਰੂਪਰ ਤਰੀਕੇ ਨਾਲ ਸਾਰੀ ਇਨਫੋਰਮੇਸ਼ਨ ਅੰਦਰ ਜਾ ਰਹੀ ਹੈ ਉਸਨੇ ਕੋਈ ਕਿਤੇ ਜਾ ਕੇ ਅਸਰ ਨਹੀਂ ਕਰਨਾ ਇਸ ਲਈ ਬਾਬਾ ਜੀ ਨੇ ਸੈਂਕੜੇ ਵਰੇ ਪਹਿਲਾਂ ਬਾਤ ਕਹੀ ਆਪਣੇ ਆਪ ਨਾਲ ਗੱਲ ਕਰਿਆ ਕਰ ਆਪਣੇ ਆਪ ਨਾਲ ਗੱਲ ਆਪਣੇ ਮਨ ਨਾਲ ਗੱਲ ਕਰਿਆ ਕਰ ਮਨ ਕਿਸੇ ਹੋਰ ਦਾ ਨਹੀਂ ਤੇਰਾ ਹੈ ਉਹਦੇ ਨਾਲ ਮੇਰ ਬਣਾ ਨੇੜਤਾ ਬਣਾ ਸਾਂਝ ਬਣਾ ਉਹਦੇ ਨਾਲ ਦੋਸਤੀ ਲਗਾ ਦੁਸ਼ਮਣ ਕਿਉਂ ਬਣਾਉਣਾ ਉਸ ਨੂੰ ਉਸ ਨੂੰ ਕਿਆ ਕਰ ਸੁਣ ਮਨ ਮਿੱਤਰ ਪਿਆਰਿਆ ਉਹ ਮੇਰੇ ਮਨਾ ਤੂੰ ਮੇਰਾ ਮਿੱਤਰ ਹੈ ਬੜਾ ਪਿਆਰਾ ਮਿੱਤਰ ਹੈ ਮੇਰੀ ਗੱਲ ਤੇ ਸੁਨੇਗਾ ਤੂੰ ਆ ਤੇ ਇਹ ਸਾਰੀ ਬਾਤ ਕਿੱਥੋਂ ਆ ਰਹੀ ਤੁਹਾਡੇ ਇੰਟੈਲੈਕਟ ਵਿੱਚੋਂ ਤੁਹਾਡੀ ਅਕਲ ਵਿੱਚੋਂ ਤੁਹਾਡੀ ਜਿੰਨੀ ਕੁ ਤੁਹਾਨੂੰ ਸੋਝੀ ਆ ਦਰਿਆਫਤ ਆ ਉਸ ਸਾਰੀ ਵਿਜ਼ਡਮ ਨੂੰ ਤੁਸੀਂ ਇਸਤੇਮਾਲ ਕਰਦੇ ਹੋ ਆਪਣੇ ਸਾਈਕਿਕ ਵਰਲਡ ਨੂੰ ਨਿਹਾਰਨ ਸਵਾਰਨ ਤੇ ਚੰਗੇਰਾ ਕਰਨ ਵਾਸਤੇ ਸੁਬਚਨ ਆਇਆ ਮਹਾਰਾਜ ਗੁਰੂ ਅਰਜਨ ਸਾਹਿਬ ਇੱਥੇ ਬਿਆਨ ਕਰਦੇ ਮਨ ਮੇਰੇ ਏ ਮੇਰੇ ਮਨ ਹੁਣ ਆਪਣੇ ਆਪ ਨਾਲ ਗੱਲ ਹੋ ਰਹੀ ਹੈ ਮੈਂ ਆਪ ਕਰਨੀ ਹੈ ਤੁਸੀਂ ਆਪਣੇ ਆਪ ਨਾਲ ਕਰਨੀ ਆ ਆ ਸਾਡਾ ਸਾਡਾ ਐਕਚੁਅਲੀ ਸਪਿਰਚੁਅਲ ਡਿਸਕੋਰਸ ਆਇਆ ਸਾਡਾ ਜਿਹੜਾ ਅਸੀਂ ਕਰਨ ਲੱਗੇ ਆ ਮਨ ਮੇਰੇ ਏ ਮੇਰੇ ਮਨ ਓ ਮਾਈ ਕੌਨਸ਼ੀਅਸ ਏ ਮੇਰੀ ਚੇਤਨਾ ਗੱਲ ਸੁਣ ਹੁਣ ਤੇਰੇ ਨਾਲ ਬਾਤ ਹੋਣ ਲੱਗੀ ਹੈ ਕਿਆ ਮਨ ਮੇਰੇ ਚੇਤ ਹਰ ਚੇਤ ਹਰ ਚੇਤ ਕਿਰਿਆ ਹੈ ਚیتے ਕਰ ਹਰੀ ਨੂੰ ਇਸ ਤਰ੍ਹਾਂ ਕਹਿ ਲਈਏ ਕੁਝ ਕਿਰਿਆਵਾਂ ਐਸੀਆਂ ਹੁੰਦੀਆਂ ਨੇ ਸੁਪੋਜ਼ ਇਹਨੂੰ ਬਹੁਤ ਐਗਜ਼ਾਮਪਲ ਰੀ ਲੈਵਲ ਤੇ ਲੈ ਕੇ ਆਉਣਾ ਵਾ ਸਾਨੂੰ ਕੁਝ ਬਾਰੇ ਕਈ ਚੀਜ਼ਾਂ ਬਾਰੇ ਬਹੁਤਾ ਗਿਆਨ ਹੌਲੀ-ਹੌਲੀ ਆਉਂਦਾ ਐਕਸਪੀਰੀਅੰਸ ਦੇ ਨਾਲ ਇੱਕਦਮ ਨਹੀਂ ਆਉਂਦਾ ਮੇਰੇ ਬੜੇ ਪਿਆਰੇ ਵੀਰ ਜੀ ਨੇ ਅਕਸਰ ਸਾਡੇ ਬੱਚਿਆਂ ਦੇ ਕੈਂਪਸ ਦੇ ਸਾਡੇ ਨਾਲ ਹੁੰਦੇ ਨੇ ਗਾਈਡ ਕਰਦੇ ਨੇ ਸਾਨੂੰ ਬੜੇ ਉਮਦਾ ਸਾਈਕਾਲੋਜਿਸਟ ਨੇ ਉਹ ਐਗਜ਼ਾਮਪਲ ਕਰਦੇ ਹੁੰਦੇ ਕਹਿੰਦੇ ਕਿ ਬੇਟਾ ਸੀਗਾ ਮੇਰਾ ਤੇ ਉਹ ਹੁਣ ਤੇ ਜਵਾਨ ਹੋ ਗਿਆ ਸੁਖ ਨਾਲ ਤੇ ਪੂਰਾ ਉਹ ਆਪ ਸਾਡੇ ਬੜਾ ਮਦਦ ਕਰਦਾ ਸਾਡੇ ਸਾਰੇ ਕੰਮਾਂ ਦੇ ਵਿੱਚ ਤੇ ਉਹ ਛੋਟਿਆਂ ਹੁੰਦਿਆਂ ਕਹਿੰਦੇ ਇੱਕ ਦਿਨ ਮੇਰੇ ਕੋਲ ਆਇਆ ਆਈ ਵਾਸ ਸਿਟਿੰਗ ਇਨ ਲਾਇਬ੍ਰੇਰੀ ਐਂਡ ਆਈ ਪੁਟ ਮਾਈ ਹੈਂਡ ਲਾਈਕ ਥਿਸ ਐਂਡ ਆ ਵਾਸ ਲੁਕਿੰਗ or you can say uh, just staring somewhere and he asked me dad what are you doing man nu aage puchda ki kar rya tu manu ke mai pot thing kar rya in the okay theek hai kende mai dekhya koi 2 2.5 ghante baad meri jagah te baith ke aim ungli lag ke baitha hu karke mai puchya mai badi copy kiti nahi exactly meri man nu puchya mai keha what are you doing kende i'm thinking ਮੈਂ ਸਪੈਨ ਬੈਠ ਥਿੰਕ ਕਰ ਰਿਹਾ ਉਹ ਕਹਿੰਦੇ ਥਿੰਕਿੰਗ ਵਟ ਵਟ ਆਰ ਯੂ ਥਿੰਕਿੰਗ ਐਂਡ ਇਟ ਜਸਟ ਆਮ ਥਿੰਕਿੰਗ ਉਹ ਕਹਿੰਦੇ نو ਬਟ ਥਿੰਕਿੰਗ ਵਟ ਆਰ ਯੂ ਥਿੰਕਿੰਗ ਮਤਲਬ ਹੈ ਉਹਨੇ ਸੋਚਿਆ ਵੀ ਥਿੰਕ ਕਰਨਾ ਬਸ ਐਵੇਂ ਬਹਿਣਾ ਹੀ ਥਿੰਕ ਕਰਨਾ ਆ ਹਾਂ ਹਾਂ ਇਹ ਤੇ ਸਿਰਫ ਇੱਕ ਗੈਸਚਰ ਆ ਥਿੰਕ ਕਰਨਾ ਤੇ ਕਿ ਵਰਬ ਆ ਕਿਰਿਆ ਆ ਉਹ ਤੇ ਕਿਤੇ ਹੋ ਰਹੀ ਐ ਬੱਚੇ ਨੂੰ ਪਤਾ ਹੀ ਨਹੀਂ ਉਹ ਕੀ ਹੁੰਦੀ ਐ ਪਰ ਹਾਂ ਉਹਨੇ ਡੈਡ ਨੂੰ ਕਾਪੀ ਕੀਤਾ ਐਸ ਇਟ ਇਜ਼ ਉਹਨੇ ਕਰ ਦਿੱਤਾ ਇਨ ਬਿਨ ਜਿਹੜਾ ਕਈ ਵਾਰ ਗੱਲ ਅਸੀਂ ਕਹਿ ਦਿੰਦੇ ਹੁਣ ਸੋਚਣਾ ਸੋਚਣਾ ਕਿਰਿਆ ਆ ਮਨ ਕਰਦਾ ਹੈ ਕਿਉਂ ਥੱਕਦਾ ਹੈ ਮਨ ਓਵਰ ਥਿੰਕਿੰਗ ਕੀ ਹੁੰਦੀ ਹੈ ਸੁਪੋਜ਼ ਤੁਸੀਂ ਕੋਈ ਕੰਮ ਕਰਦੇ ਹੋ ਘਰ ਦੇ ਵਿੱਚ ਤੇ ਕੰਮ ਕਰਦਿਆਂ ਹੋਇਆਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਮੈਂ ਨਾ ਬਿਲਕੁਲ ਜਿਹੜਾ ਥੱਕ ਗਿਆ ਕਿਉਂ ਥੱਕ ਗਿਆ ਬਿਕੋਜ਼ ਆਈ ਐਚੁਅਲੀ ਓਵਰਵਰਕ ਮੈਂ ਜਿਆਦਾ ਕੰਮ ਕਰ ਲਿਆ ਮੀਨ ਕੰਮ ਕਰਦਾ ਸੀ ਜਿਆਦਾ ਕੰਮ ਕਰ ਲਿਆ ਉਸ ਕਰਕੇ ਮੈਂ ਟਾਇਰਡ ਹੋ ਗਿਆ ਇਸ ਕਰਕੇ ਮੇਰੇ ਜਿਹੜਾ ਇਕਦਮ ਐਗਜ਼ੌਸਟ ਹੋ ਗਿਆ ਉਸ ਰੋਪੇ ਸਾਰੀ એનર્ਜੀ ਚਲੀ ਗਈ ਇਨ ਬਿਨ ਦੇਖੋ ਮਨ ਮਨ ਨੇ ਸੋਚਣਾ ਆ ਮਨ ਕੀ ਕਰਦਾ ਜਿਆਦਾ ਸੋਚਦਾ ਓਵਰ ਥਿੰਕਿੰਗ ਕਰਦਾ ਥੱਕ ਜਾਂਦਾ ਟਾਇਰਡ ਹੋ ਜਾਂਦਾ ਹੁਣ ਟਾਇਰਡ ਹੋਈ ਬਾਡੀ ਕੀ ਕਰਦੀ ਹੈ ਜੇ ਬੰਦੇ ਦਾ ਸਰੀਰ ਬਹੁਤ ਥੱਕਿਆ ਹੋਇਆ ਆ ਤੇ ਹਾਲਤ ਇਹ ਤੁਰਦਾ ਹੋਇਆ ਵੀ ਬੰਦਾ ਡਿੱਗਣ ਨੂੰ ਫਿਰਦਾ ਦੋ ਚਾਰ ਕਦਮ ਰੱਖਦਾ ਲੰਗੜਾ ਜਾਂਦਾ ਕੋਈ ਕਹਿੰਦਾ ਕੀ ਹੋਇਆ ਕਹਿੰਦਾ ਥੱਕ ਬਹੁਤ ਗਿਆ ਜੀ ਹਾਲਤ ਬੜੀ ਬੁਰੀ ਹੈ ਉਹ ਕਹਿੰਦਾ ਅੱਛਾ ਮੈਂ ਤਾਂ ਸੋਚ ਰਿਹਾ ਇਸ ਤੂੰ ਮੇਰੀ ਹੈਲਪ ਕਰੇਗਾ ਸਾਮਾਨ ਚ ਕਾ ਕੇ ਰਖਾਏਗਾ ਉੱਥੇ ਹੀ ਤਨ ਕਹਿੰਦਾ ਵੀ ਹੱਦ ਹੋ ਗਈ ਮੈਨੂੰ ਤੇ ਕਹਿ ਵੀ ਨਾਵੇਂ ਮੈਰਿਜ ਤੇ ਬਿਲਕੁਲ ਜਾਣ ਨਹੀਂ ਹੈਗੀ ਇਹ ਵਰਡ ਆਪਣੇ ਵਾਪਸ ਲੈ ਮੈਂ ਇਸ ਬਾਰੇ ਸੋਚ ਸੁਣ ਵੀ ਨਹੀਂ ਸਕਦਾ ਤੇਰੇ ਕੋਲ ਇਨ ਬਿਨੇ ਅਵਸਥਾ ਮੰਨਦੀ ਹੈ ਮਨ ਜਦੋਂ ਬਹੁਤ ਜ਼ਿਆਦਾ ਚਿੰਤਾਤੁਰ ਹੁੰਦਾ ਫਿਕਰਮੰਦਗੀ ਚ ਹੁੰਦਾ ਜਿਹਨੂੰ ਅਸੀਂ ਵਰੀਜ਼ ਕਹਿੰਨੇ ਆ ਓਵਰ ਥਿੰਕਿੰਗ ਕਹਿੰਨੇ ਆ ਟਾਇਰਡ ਹੋ ਜਾਂਦਾ ਟਾਇਰਡ ਹੋਏ ਮਨ ਦੀ ਹੁਣ ਅਵਸਥਾ ਕੀ ਹੈ ਹਾਲਤ ਇਹ ਹੈ ਖਿਜ ਚੜੀ ਅੰਦਰ ਉਹਦੇ ਅੰਦਰ ਫਰਸਟ੍ਰੇਸ਼ਨ ਹੈ ਉਹਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਆਲੇ-ਦੁਆਲੇ ਦੇ ਵਿੱਚ ਕੁਝ ਵੀ ਚੰਗਾ ਨਹੀਂ ਪਿੱਕ ਕਰ ਪਉਂਦਾ ਜਿਹਨ ਲੋਕੀ ਬੜਾ ਕਹਿਦੇ ਨੇ ਅੱਜਕੱਲ ਨੈਗੇਟਿਵ ਥਿੰਕ ਕਰਿਆ ਜੀ ਨੈਗੇਟਿਵ ਥਿੰਕਰ ਕਿੱਥੋਂ ਆ ਗਿਆ ਭਾਈ ਚੀਜ਼ਾਂ ਕੁਝ ਹੋ ਰਹੀਆਂ ਨੇ ਉਹਦੇ ਚ ਇੱਕ ਬੰਦਾ ਬੜੇ ਆਪਟੀਮਿਸਟਿਕ ਵੇ ਨਾਲ ਪ੍ਰੈਜੈਂਟ ਕਰ ਰਿਹਾ ਦੂਜਾ ਦੂਜਾ ਬਿਲਕੁਲ ਉਹਨਾਂ ਹੀ ਚੀਜ਼ਾਂ ਨੂੰ ਬਹੁਤ ਜ਼ਿਆਦਾ ਨੈਗੇਟਿਵ ਵੇ ਦੇ ਨਾਲ ਕਹਿ ਲੋ ਬੜੇ ਮਤਲਬ ਨਾਪੱਖੀ ਵਰਤਾਰੇ ਦੇ ਨਾਲ ਬਿਆਨ ਕਰ ਰਿਹਾ ਹੈ ਇਹ ਹੋ ਕੀ ਰਿਹਾ ਉਹ ਹੈ ਸਿਰਫ ਮਨ ਦੀ ਅਵਸਥਾ ਆ ਇਹਨੂੰ ਮਹਾਰਾਜ ਨੇ ਕਿਹਾ ਕਾਊਂਟਰ ਕਰ ਸਕਦਾ ਹੈ ਤੂੰ ਮੇਰੇ ਮਨ ਤੇਰੇ ਚ ਐਬਿਲਿਟੀ ਹੈ ਤੂੰ ਕਰ ਸਕਦਾ ਹੈ ਪਰ ਉਹਦੇ ਲਈ ਕਿਰਿਆਤ ਨੂੰ ਇੱਕ ਹੋਰ ਕਰਨੀ ਪੈਣੀ ਇਹਨੂੰ ਹੋਰ ਸਰਲ ਕਰਕੇ ਬਿਆਨ ਕਰ ਦੇਨਾ ਅਸੀਂ ਜਦੋਂ ਸਿਰਫ ਰੂਟੀਨ ਦੇ ਕੰਮ ਕਰਦੇ ਆ ਥੱਕਦੇ ਆ ਕੋਈ ਸੱਜਣ ਸਾਨੂੰ ਕਹਿੰਦਾ ਤੂੰ ਨਾ ਜਿਮ ਕਰਿਆ ਕਰ ਤੁਸੀਂ ਅੱਗੋਂ ਉਸ ਨੂੰ ਉਲਟਾ ਜਵਾਬ ਦੇ ਦਿੰਦੇ ਹੋ ਤੂੰ ਪਾਗਲ ਐ ਅਸਲ ਵਿੱਚ ਇੱਥੇ ਕੰਮ ਨਹੀਂ ਹੁੰਦਾ ਘਰ ਦਾ ਇਥੇ ਰੂਟੀਨ ਦੇ ਵਰਕ ਨਹੀਂ ਹੁੰਦੇ ਤੂੰ ਜਿੰਮ ਦੀਆਂ ਗੱਲਾਂ ਕਰਦਾ ਹਾਂ ਕਿਉਂਕਿ ਨਾ ਉਹਨੂੰ ਸਮਝਾਉਣਾ ਆ ਰਿਹਾ ਨਾ ਸਾਨੂੰ ਸਮਝ ਆ ਰਹੀ ਅਸਲ ਵਿੱਚ ਉਹ ਦੱਸਣਾ ਇਹ ਚਾਹੁੰਦਾ ਆ ਆਪਣੀ ਜਿਹੜੀ એનર્ਜੀ ਐ ਇਸ ਨੂੰ ਸਹੀ ਰੂਪ ਦੇ ਵਿੱਚ ਪਾਕਟ ਕਰਨਾ ਸਿੱਖ ਪਾਕਟ ਕਿਵੇਂ ਕਰੇਗਾ ਜਿਵੇਂ ਆਪਾਂ ਕੋਈ ਕੰਮ ਕੋਈ ਖਰੀਦ ਕੋਈ ਸਮਾਨ ਖਰੀਦਣ ਲਈ ਜਾਈਏ ਤੁਸੀਂ ਕੀ ਨਾ ਮੈਂ ਤੇ ਅਫੋਰਡ ਨਹੀਂ ਕਰ ਸਕਦਾ ਆ ਸਮਾਨ ਬਹੁਤ ਮਹਿੰਗਾ ਆ ਕੋਈ ਸਾਨੂੰ ਕਹਿੰਦਾ ਨਾ ਸਜਣਾ ਕੋਈ ਧਰਤੀ ਤੇ ਚੀਜ਼ ਮਹਿੰਗੀ ਨਹੀਂ ਹੁੰਦੀ affordablety ਬਣਾਨੀ ਪਈਂਦੀ ਐ ਉਹ ਕਿਵੇਂ ਥੋੜਾ ਸਮਾਂ ਦੱਬ ਕੇ ਕੰਮ ਕਰ سرمਾਇਆ ਜੋੜ ਉਸ ਨੂੰ ਜਿਹੜਾ ਹੈ ਜਮ੍ਹਾਂ ਕਰ ਜਮ੍ਹਾਂ ਕਰਨ ਤੋਂ ਬਾਅਦ ਤੇਰੇ ਕੋਲ ਇੱਕ ਅਮਾਉਂਟ ਬਣ ਜਾਏਗਾ ਉਸ ਇਵਜ ਵਿੱਚ ਉਸ ਅਮਾਉਂਟ ਨੂੰ ਖਰਚ ਕੇ ਤੂੰ ਆ ਚੀਜ਼ ਲੈ ਸਕਦਾ ਸੇਮ ਵੇ ਦੇ ਨਾਲ ਆਪਾਂ ਕੁਝ ਸਮਾਂ ਇਸ ਤਰੀਕੇ ਨਾਲ ਵਰਕ ਕਰਦੇ ਆਪਣੀ ਮਸਲਸ ਐਬਿਲਿਟੀ ਡਿਵੈਲਪ ਕਰਦੇ ਜਦੋਂ ਮਸਲਸ ਐਬਿਲਿਟੀ ਡਿਵੈਲਪ ਹੋ ਜਾਂਦੀ ਫਿਰ ਯੂ ਕੈਟ ਐਟ ਦਾ ਐਂਡ ਇਸ ਮਸਲਸ ਨਹੀਂ ਸਾਡੇ એનર્ਜੀ ਦੇ ਕੇ ਸਾਨੂੰ ਕੰਮ ਕਰਨ ਵਾਸਤੇ ਮਦਦ ਕਰਨੀ ਅਸੀਂ ਕੰਮ ਕਰ ਪਾਵਾਂਗੇ ਸੋ ਇਹ ਰੂਪਤਾ ਹੀ ਸਾਡੇ ਅੰਦਰ ਦੇ ਮਨ ਦੀ ਦਸ਼ਾ ਦੀ ਹੈ ਮਨ ਦੇ ਵਿੱਚ ਥਾਟ ਪ੍ਰੋਸੈਸ ਹੁੰਦੇ ਨੇ ਉਹਨਾਂ ਥਾਟਸ ਦੇ ਵਿੱਚ ਜੇ ਲਗਾਤਾਰ ਚਿੰਤਾ ਹੈ ਫਿਕਰ ਹੈ ਤੇ ਉਹ ਚਿੰਤਾ ਫਿਕਰ ਕਿਸੇ ਡਰ ਵਿੱਚੋਂ ਨਿਕਲਦੇ ਨੇ ਉਹ ਡਰ ਦੇ ਪਿੱਛੇ ਕੁਝ ਰੀਜਨਸ ਹੁੰਦੇ ਨੇ ਜਿਹੜੇ ਕਈ ਵਾਰੀ ਬੜੇ ਲੈਜੀਟਿਮੇਟ ਹੁੰਦੇ ਨੇ ਕਈ ਵਾਰੀ ਅਸੀਂ ਆਪਣੇ ਆਪ ਬਣਾਏ ਹੁੰਦੇ ਨੇ ਇਹ ਸੰਗਤ ਦਾ ਅਸਰ ਹੈ ਸਾਡੇ ਤੇ ਸਪੋਜ਼ ਤੁਸੀਂ ਕਿਤੇ ਕਿਸੇ ਦੇ ਕੋਲ ਬੈਠੇ ਹੋ ਤੇ ਉੱਥੇ ਜਾ ਕੇ ਥੋੜੀ ਗੱਲ ਹੋਈ ਤੇ ਉਹ ਕਹਿੰਦੇ ਮੈਂ ਜੀ ਕੈਨੇਡਾ ਆਇਆ ਨਵਾਂ ਤੇ ਮੈਂ ਜੇ ਬਸ ਜ਼ਿੰਦਗੀ ਸ਼ੁਰੂ ਕਰਨੀ ਹੈ ਤੇ ਸਾਹਮਣੇ ਵਾਲਾ ਕਹਿੰਦਾ ਕਿੱਥੇ ਆ ਕੇ ਫਸ ਗਿਆ ਤੂੰ ਤੈਨੂੰ ਪਤਾ ਵੀ ਬੁਰੀ ਹਾਲਤ ਇੱਥੇ ਤੇ ਇੱਥੇ ਤੇ ਲੋਕਾਂ ਕੋਲੋਂ 50 50 ਸਾਲਾਂ 'ਚ ਘਰਾਂ ਦੀਆਂ ਕਿਸ਼ਤਾਂ ਨਹੀਂ ਲੈਂਦੀਆਂ ਇੱਥੇ ਹਰ ਮਹੀਨੇ ਘੱਟ ਤੋਂ ਘੱਟ ਵੀ ਬੰਦੇ ਦੇ ਕੋਲ 10 15 ਬਿੱਲ ਪੇ ਕਰਨੇ ਹੁੰਦੇ ਨੇ ਬੰਦੇ ਨੇ ਇੱਥੇ ਤੇ ਬਨ ਲੋਕ ਬੁੱਢੇ ਹੋ ਗਏ ਇੱਥੇ ਤੇ ਬਿਮਾਰੀ ਹੈ ਡਾਕਟਰ ਨਹੀਂ ਮਿਲਦੇ ਇੱਥੇ ਸਾਰੀ ਤੁਸੀਂ ਤੁਸੀਂ ਪੂਰੀ ਤਰ੍ਹਾਂ ਓਵਰਲੋਡਡ ਹੋ ਗਏ ਉਹ ਲਗਾਤਾਰ ਮੰਨਨੇ ਸੋਚਣਾ ਕਰ ਦਿੱਤਾ ਉਹ ਸਾਰੇ ਪ੍ਰੋਸੈਸ ਦੇ ਅੰਦਰ ਬਸ ਕੰਮ ਖਤਮ ਹੋ ਗਿਆ ਇੱਕ ਦੂਜਾ ਪੱਖ ਵੀ ਹੈ ਤੁਸੀਂ ਕਿਸੇ ਕੋਲ ਬੈਠੇ ਹੋ ਕਹਿੰਦੇ ਮੈਂ ਤੇ ਕੈਨੇਡਾ ਆ ਗਿਆ ਕਹਿੰਦਾ ਕੈਨੇਡਾ ਆ ਕੇ ਤਾਂ ਗੱਲ ਹੀ ਬਣ ਗਈ ਗੱਲ ਹੀ ਕੁਝ ਨਹੀਂ ਆ ਬਸ ਤੂੰ ਛੇਤੀ ਤੋਂ ਛੇਤੀ ਕਿਸੇ ਵਕੀਲ ਵਗੈਰਾ ਨੂੰ ਮਿਲ ਕੋਈ ਆਪਣੀ ਡਿਸੇਬਿਲਟੀ ਲਵਾ ਕੋਈ ਇਸ ਰੂਪ ਵਿੱਚ ਵੈਲਫੇਅਰ ਤੇ ਲੱਗ ਜਾ ਬਸ ਪੈਸੇ ਇੱਥੇ ਕਮਾ ਇੰਡੀਆ ਪੇ ਸਾਰਾ ਕੁਝ ਇਹ ਵੀ ਰਾਏ ਦੇਖੋ ਕੈਸੀ ਲੱਗਦੀ ਬੜੀ ਪੋਜ਼ਿਟਿਵ ਆ ਬਿਲਕੁਲ ਉਸ ਤੋਂ ਵੀ ਨਾ ਪੱਕੇ ਵਰਤਾਰੇ ਦੀ ਹੈ ਹਾਂ ਇੱਕ ਤੀਜਾ ਤਰੀਕਾ ਵੀ ਹੈਗਾ ਉਹ ਇਹ ਹੈ ਕਿਸੇ ਬੰਦੇ ਕੋਲ ਬੈਠੋ ਜਾ ਕੇ ਉਹ ਕਹੇ ਸਜਣਾ ਤੇਰੀ ਉਮਰ ਬੜੀ ਯੰਗ ਤੂੰ ਕੈਨੇਡਾ ਆ ਗਿਆ ਇਹ ਤੇਰਾ ਫਿਊਚਰ ਬਣਾ ਦੇਗਾ ਹਾਂ ਕੁਝ ਸਮਾਂ ਤੈਨੂੰ ਮਿਹਨਤ ਕਰਨੀ ਪਏਗੀ ਐਕਸਟਰਾ ਵੀ ਕਰਨੀ ਪਵੇਗੀ ਉਹਦੇ ਲਈ ਆਪਣੇ ਆਪ ਨੂੰ ਪ੍ਰੀਪੇਅਰ ਕਰ ਇੱਥੇ ਸਾਰੇ ਤਰ੍ਹਾਂ ਦੇ ਦਿਨ ਆਉਣਗੇ ਕਦੀ ਇੱਥੇ ਬੜੀ ਬਰਫ਼ ਪਈ ਹੋएगी ਕਦੀ ਇੱਥੇ ਬੜਾ ਸੋਹਣਾ ਸੂਰਜ ਚੜ੍ਹੇਗਾ ਇਨ ਬਿਨ ਜ਼ਿੰਦਗੀ ਦੇ ਵਿੱਚ ਕਦੀ ਮੁਸ਼ਕਲਾਂ ਹੋਣਗੀਆਂ ਕਦੀ ਬਿਲਕੁਲ ਹਾਲਾਤ ਬਿਲਕੁਲ ਸਾਵੇ ਮਿਲਣਗੇ ਜਿਨ੍ਹਾਂ ਲੋਕਾਂ ਨੇ ਇੱਥੇ ਆ ਕੇ ਮਿਹਨਤਾਂ ਕੀਤੀਆਂ ਨੇ ਉਮੀਦ ਆਸ ਨੂੰ ਕਦੀ ਆਪਣੇ ਪੱਲੇ ਤੋਂ ਨਹੀਂ ਛੱਡਿਆ ਅਲਟੀਮੇਟਲੀ ਅੱਜ ਉਹ ਇਸ ਧਰਤੀ ਦੇ ਉੱਤੇ ਬਾਦਸ਼ਾਹਾਂ ਵਰਗੀ ਜ਼ਿੰਦਗੀ ਜੀ ਰਹੇ ਬੰਦਾ ਸੋਚ ਵੀ ਨਹੀਂ ਸਕਦਾ ਆਪਾਂ ਪਿੰਡਾਂ ਥਾਵਾਂ ਤੋਂ ਆਏ ਆ ਪਿੰਡ ਤੋਂ ਸ਼ਹਿਰ ਜਾਣ ਵਾਸਤੇ ਬੱਸ ਜੁਗਾ ਕਰਾਇਆ ਵੀ ਬੰਦੇ ਨੂੰ 10 ਵਾਰੀ ਸੋਚਣਾ ਪੈਂਦਾ ਇੱਥੇ ਰਹਿਣ ਵਾਲੇ ਵਸਿੰਦੇ ਜਿਨ੍ਹਾਂ ਨੇ ਕੁਝ ਸਮਾਂ ਮੁਸ਼ਕਤਾਂ ਕਰਕੇ ਕੰਮਕਾਰ ਕਾਰੋਬਾਰ ਨੌਕਰੀਆਂ ਵਗੈਰਾ ਸੈੱਟ ਕੀਤੀਆਂ ਉਹ ਉਹ ਕਦੀ ਇਹ ਵੀ ਨਹੀਂ ਦੇਖਦੇ ਬੈਂਕ ਅਕਾਊਂਟ ਨੂੰ ਦੁਬਾਰਾ ਚੈੱਕ ਕਰਨ ਵਾਸਤੇ ਵੀ ਨਹੀਂ ਜਾਂਦੇ ਵੀ ਉੱਥੇ ਮੈਂ ਕੋਈ ਚੈੱਕ ਜਿਹੜਾ ਹੈਗਾ ਸਾਈਨ ਕੀਤਾ ਸੀ ਕੈਸ਼ ਵੀ ਹੋਇਆ ਕਿ ਨਹੀਂ ਹੋਇਆ ਬਿਕੋਜ਼ ਦੇ ਹੈਵ ਸਫੀਸ਼ੀਐਂਟ ਅਮਾਉਂਟ ਉਹਨਾਂ ਨੇ ਕਿਤੇ ਆਉਣਾ ਜਾਣਾ ਹੋਏ ਆਪਣੇ ਦਿਨ ਫਰੀ ਦੇਖਦੇ ਨੇ ਇਹ ਨਹੀਂ ਦੇਖਦੇ ਕਿ ਮੇਰੇ ਕੋਲ ਅਫੋਰਡੇਬਿਲਿਟੀ ਹੈ ਟਿਕਟ ਪਾਈਪ ਉਥੇ ਬਾਇ ਕਰਨ ਦੀ ਕਿ ਨਹੀਂ ਹੈ ਨਾ ਉਹ ਕਹਿੰਦੇ ਯੂ نو ਆਈ ਡੋਟ ਹੈਵ ਟਾਈਮ ਟੂ ਗੋ देयर ਉਹ ਕਹਿੰਦਾ ਟਾਈਮ ਇਸ ਕਮਾਲ ਹੈ ਹਾਊ ਬアウト ਟਿਕਟ ਐਂਡ ਆਲ ਉਹ ਕਹਿੰਦੇ ਉਹ ਦੈਟਸ ਦੈਟਸ ਨੋਟ ਅ 빅 ਡੀਲ ਲੇ ਕੋਈ ਕੋਈ ਵੱਡੀ ਗੱਲ ਨਹੀਂ ਹੈ ਇਸ ਤਰੀਕੇ ਦੀ ਬਾਤ ਆ ਇੱਥੇ ਲੋਕੀ ਗੱਡੀਆਂ ਆਪਣੇ ਇਸ ਕਰਕੇ ਨਹੀਂ ਖਰੀਦਦੇ ਵੀ ਹਾਂ ਵੀ ਗੱਡੀ ਪੁਰਾਣੀ ਹੋ ਗਈ ਤਿਸ ਕਰਕੇ ਉਹ ਕਹਿੰਦੇ ਨਹੀਂ ਨਹੀਂ ਯੂ نو ਆਈ ਹੈਵ ਐਚਲੀ ਆ ਡਰੋਵ दैट ਕਾਈਂਡ ਆਫ ਕਾਰ ਮਾਡਲ ਫਾਰ 2 ਇਅਰਸ ਨਾਉ ਆਮ ਟਾਇਰਡ ਆਫ ਥੈਟ ਯੂ ਨੋ ਮੈਂ ਹੁਣਾ ਆਮ ਐਵੇਂ ਦੀ ਗੱਡੀ ਡਰਾਈਵ ਕਰਨੀ ਚਾਹੁੰਨਾ ਨਹੀਂ ਨਹੀਂ ਹੁਣ ਆਹ ਕਾਰ ਨਹੀਂ ਡਰਾਈਵ ਕਰਨੀ ਇਹ ਇਹ ਸ਼ੌਂਕ ਦੀ ਪੂਰਤੀ ਹੈ ਇਹ ਮੁਲਕ ਸਾਰੇ ਰੂਪ ਵਿੱਚ ਪ੍ਰੋਵਾਈਡ ਕਰ ਸਕਦਾ ਪਰ ਹਾਂ ਸੰਗਤ ਤੇ ਡਿਪੈਂਡ ਕਰਦਾ ਹੈ ਸੰਗਤ ਕੈਸੀ ਹੈ ਤੁਹਾਡੀ ਜੇ ਉਹ ਸੰਗਤ ਕਿਸੇ ਲਿਜੀਟਿਮੇਟ ਕਿਸੇ ਬੜੇ ਪ੍ਰੋਪਰ ਬੇਸਿਕ ਲੈਵਲ ਤੇ ਬੇਸਿਸ ਦੇ ਉੱਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਉਸ ਰੂਪ ਵਿੱਚ ਬਿਆਨ ਕਰੇ ਹੁਣ ਇਹ ਹੈ ਪੂਰੇ ਸੰਸਾਰ ਦੀ ਬਾਤ ਕਰੀਏ ਇਹ ਮਨੁੱਖਾ ਜ਼ਿੰਦਗੀ ਮਿਲੀ ਹੈ ਗੁਰੂ ਸਾਹਿਬ ਇਹਨੂੰ ਬਸੰਤ ਕਹਿੰਦੇ ਨੇ ਇਹ ਬਸੰਤ ਸਮੁੱਚੇ ਕ੍ਰੀਚਰ ਵਰਲਡ ਨੂੰ ਦੇਖੋ ਸਾਰੇ ਦਾ ਸਾਰਾ ਤੁਸੀਂ ਜੀਵ ਜੰਤ ਦੇਖੋਗੇ ਸਾਰੇ ਜੀਵ ਜੰਤਾਂ ਦੇ ਵਿੱਚ ਸਭ ਤੋਂ ਜਿਹੜੀ ਅਸ਼ਰਫ ਮਖਲੂਕਾਤ ਕਿਆ ਜਾਏ ਉਹ ਮਨੁੱਖਿਆ ਜਿਹੜਾ ਸੁਪੀਰੀਅਰ ਕ੍ਰੀਚਰ ਹੈ ਉਹ ਮਨੁੱਖਿਆ ਜੋ ਮਨੁੱਖ ਮਾਨ ਸਕਦਾ ਹੈ ਜੀ ਸਕਦਾ ਹੈ ਉਹ ਕਹਿਣ ਨੂੰ ਲੋਕੀ ਕਹਿ ਦਿੰਦੇ ਨੇ ਲੈ ਸਾਡੇ ਨਾਲੋਂ ਤੇ ਚੰਗਿਆ ਪੈਟੀ ਨੇ ਅਡਾਗ ਲੋਕੀ ਦੇਖ ਕਿਵੇਂ ਇਹਨਾਂ ਦੇ ਵੈਟ ਨੇ ਉਹਨੇ ਆਪਣੇ ਵੈਟ ਰੱਖੇ ਨੇ ਇਹਨਾਂ ਨੂੰ ਐਵੇਂ ਕਰਦੇ ਨੇ ਭਾਈ ਹਕੀਕਤ ਇਹ ਹੈ ਪਸ਼ੂ ਦੀ ਤੇ ਮਨੁੱਖ ਦੀ ਜ਼ਿੰਦਗੀ ਦਾ ਕੋਈ ਕੰਪੈਰੀਸ਼ਨ ਨਹੀਂ ਬੰਦਾ ਮਨੁੱਖ ਦੇ ਰੂਪ ਦੇ ਜਦੋਂ ਆਪਣੇ ਆਪ ਨੂੰ ਅਹਿਸਾਸਦਾ ਇਹ ਬਸੰਤ ਹੈ ਸਮੁੱਚੇ ਕ੍ਰੀਚਰ ਵਰਲਡ ਦੇ ਵਿੱਚ ਇਹਦੇ ਆਪੋਜ਼ਿਟ ਜਾਨਵਰਾਂ ਦੀ ਦੁਨੀਆ ਉਹ ਸਾਰੀ ਦੁਨੀਆ ਹਾਂ ਮੈਂ ਛੋਟੀਆਂ ਜਿਹੀ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਦਾ ਬਾਣੀ ਦੇ ਆਸ਼ੇ ਚੋਂ ਬਾਤ ਕਰ ਦੇਣਾ ਮਹਾਰਾਜ ਬਿਆਨ ਕਰਦੇ ਜੇ ਬੰਦੇ ਤੈਨੂੰ ਸੋਝੀ ਆ ਜਾਏ ਇਸ ਤਰਤੀਬ ਹੈ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨੇਹਾਰੀ ਸਾਰੀਆਂ ਜੂਨਾ ਤੇਰੀਆਂ ਪਾਣੀ ਹਾਰ ਨੇ ਤੂੰ ਇਸ ਧਰਤੀ ਦਾ ਸਿਕਦਾਰ ਹੈ ਉਸ ਰੂਪ ਦੇ ਚ ਇਸ ਕਿਸਮ ਦੀ ਬਾਤ ਗੁਰੂ ਬਾਬਾ ਜੀ ਨੇ ਸਾਡੇ ਆਸ਼ੇ ਚ ਬਿਆਨ ਕੀਤੀ ਪਰ ਇਹ ਤਾਂ ਆ ਜੇ ਆਪਾਂ ਆਪਣੇ ਇਸ ਜੀਵਨ ਦੀ ਉਸ ਹਾਲਾਤ ਨੂੰ ਇਸ ਚੀਜ਼ ਨੂੰ ਦੇਖੀ ਮੈਂ ਟੂ ਕਾ ਮਾਤਰ ਇੱਕ ਦੋ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਣ ਲੱਗਾ ਸੀਗਾ ਸੁਪੋਜ਼ ਕੋਈ ਮਾਂ ਆ ਤੇ ਬੜੀ ਗਰੀਬ ਆ ਪਰ ਘਰ ਦੇ ਵਿੱਚ ਬੱਚਾ ਪੈਦਾ ਹੋ ਗਿਆ ਹੁਣ ਬੱਚੇ ਦੀ ਪੈਦਾਇਸ਼ ਹੋ ਗਈ ਤੇ ਕੁਦਰਤ ਨੇ ਕੀ ਕੀਤਾ ਉਸ ਮਾਂ ਦੇ ਸੀਨੇ 'ਚ ਬੱਚੇ ਦੀ ਖੁਰਾਕ ਫੂਡ ਪਾਇਆ ਜਿਹਨੂੰ ਅਸੀਂ ਤਨ ਦਾ ਸ਼ੀਰ ਕਹਿੰਦੇ ਆ ਬ੍ਰੈਸਟ ਮਿਲਕ ਜਿਹੜਾ ਆ ਉਸ ਮਾਂ ਨੂੰ ਕੋਈ ਆ ਕੇ ਕਹੇ ਯੂ نو ਈਵਨ ਥੋ ਇਹ ਜਿਹੜਾ ਸੀਨੇ ਦਾ ਸ਼ੀਰ ਆ ਇਹ ਤੇਰੇ ਬੱਚੇ ਵਾਸਤੇ ਆ ਪਰ ਮੈਂ ਤੈਨੂੰ ਨਾ ਇਨ ਐਕਸਟਰਾ ਪੈਸੇ ਪੇ ਕਰ ਦੇਣਾ ਤੂੰ ਇਹ ਜਿਹੜਾ ਦੁੱਧ ਆ ਬੱਚੇ ਨੂੰ ਨਾ ਪਿਆ ਕੇ ਆਸ ਬੱਚੇ ਨੂੰ ਮੇਰਾ ਬੱਚਾ ਕਿਸੇ ਹੋਰ ਦਾ ਬੱਚਾ ਉਹਨੂੰ ਪਿਆ ਦੇ ਮੈਂ ਗਰੀਬ ਤਾਂ ਵੀ ਗਰੀਬ ਮਾਂ ਆ ਉਹ ਕਹੇਗੀ ਖਬਰਦਾਰ ਹਾਊ ਕੈਨ ਯੂ ਸੇ ਦੈਟ ਹਾਊ ਡੀਅਰ ਯੂ ਆਰ ਅਟਲੀ ਕਮਿੰਗ ਟੂ ਮੀ ਐਂਡ ਗਿਵਿੰਗ ਮੀ ਥਿਸ ਕਾਈਂਡ ਆਫ ਆਫਰ ਮੈਂ ਮੈਂ ਤੈਨੂੰ ਜਿਉਂਦੇ ਨੂੰ ਮਾਰ ਦੇਂਗ ਦਿੰਨੀ ਗੱਲ ਕਹਿ ਵੀ ਕਿਵੇਂ ਦਿੱਤੀ ਤੂੰ ਇਸ ਰੂਪ ਦੇ ਵਿੱਚ ਆ ਹੁਣ ਆ ਜਾਓ ਬਿਲਕੁਲ ਥੋੜੇ ਜਿਹਾ ਪਸ਼ੂਆਂ ਵਾਲੇ ਪਾਸੇ گاਵਾ ਮੱਜਾਂ ਆਪਣੇ ਪਿੰਡਾਂ ਥਾਵਾਂ ਤੇ ਜ਼ਰੂਰ ਵੇਖੀਆਂ ਹੋਣਗੀਆਂ ਜਦੋਂ ਉਹਨਾਂ ਦੇ ਆ ਬਿਆ ਜਾਂਦੀਆਂ ਉਹ ਬੱਚਾ ਹੋ ਜਾਂਦਾ ਉਸ ਤੋਂ ਬਾਅਦ ਦੁੱਧ ਦਿਲਾਇਕ ਹੁੰਦੀਆਂ ਤੇ ਕਿਸਾਨ ਕੀ ਕਰਦਾ ਬੱਚੇ ਨੂੰ ਗਾਂ ਦੇ ਮੱਜ ਦੇ ਕੋਲ ਲੈ ਕੇ ਜਾਂਦਾ ਤੇ ਉਹ ਜਿਵੇਂ ਹੀ ਬੱਚਾ ਉਸ ਗਾਂ ਦਾ ਮੱਜ ਦਾ ਉਹਦੇ ਨਿੱਪਲਸ ਨੂੰ ਜਿਹੜਾ ਹੈਗਾ ਆਪਣੇ ਮੂੰਹ ਦੇ ਚ ਪਾਉਂਦਾ ਉਹ ਸਾਰਾ ਦੁੱਧ ਉਤਾਰ ਦਿੰਦੀ ਰਾਈਟਵੇ ਕਿਸਾਨ ਕੀ ਕਰਦਾ ਉਹ ਬੱਚੇ ਨੂੰ ਦੁੱਧ ਪੀਣ ਦਿੰਦਾ ਨਾ ਟਾਟਾ ਰਾਈਟਵੇ ਖਿੱਚ ਕੇ ਉਹਨੂੰ ਦੂਰ ਬੰਨ ਦਿੰਦਾ ਮਾਂ ਦੇਖ ਰਹੀ ਹੁੰਦੀ ਕਿਸਾਨ ਸਾਰਾ ਦੁੱਧ ਬਾਲਟੀ ਚੋਕੇ ਆਪਣੇ ਵਾਸਤੇ ਲੈ ਜਾਂਦਾ ਪਰ ਸਰਦਾਰੀ ਕੀ ਦੀਏ ਪਸ਼ੂ ਦੀ ਕੇ ਬੰਦੇ ਦੀ ਦੇਖੋ ਤੁਸੀਂ ਮੈਂ ਕਿ ਐਗਜ਼ਾਮਪਲ ਕੀਤੀ ਤੁਹਾਡੇ ਸਾਹਮਣੇ ਇਹ ਜਿਹੜਾ ਮਨੁੱਖਾ ਜੀਵਨ ਆ ਇਹ ਅਸ਼ਰੂਫ ਆ ਇਹ ਸਭ ਤੋਂ ਆਹਲਾ ਆ ਇਹ ਸੁਪੀਰੀਅਰ ਆ ਸਾਰੇ ਕਰੀਚਰ ਵਰਲਡ ਦੇ ਵਿੱਚ ਪਰ ਕਮਾਲ ਇਹ ਹੈ ਮਾਫੀ ਮੰਗਾਗਾ ਜੀਵ ਜੰਤ ਜਿੰਨੇ ਵੀ ਨੇ ਪਸ਼ੂ ਪੰਛੀ ਪ੍ਰਿੰਦੇ ਕੀਟ ਮਕੌੜ ਕੋਈ ਉਹਨਾਂ ਚ ਸੁਸਾਇਡ ਨਹੀਂ ਕਰਦਾ ਬੰਦੇ ਕਰਦੇ ਆ ਨਾ ਕਮਾਲ ਦੀ ਚੀਜ਼ ਦਿੱਖਾ ਜਿਹੜਾ ਅਸ਼ਰੂਫ ਮਖਲੂਕਾਤ ਆ ਡਿਪਰੈਸ਼ਨ ਜਾਨਵਰਾਂ ਨੂੰ ਨਹੀਂ ਹੁੰਦਾ ਹਾਂ ਅੱਜ ਕੱਲ ਕੁਝ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਜ਼ਰੂਰ ਨੇ ਥੈਰੇਪੀ ਦੇ ਚ ਵੈਟ ਵੀ ਕਹਿੰਦੇ ਆ ਦੋ ਕੁੱਤੇ ਰੱਖੋ ਇੱਕ ਕੁੱਤਾ ਡਿਪਰੈਸਡ ਹੋ ਜਾਂਦਾ ਉਹਨੂੰ ਪ੍ਰੋਪਰ ਡੈਫੀਨਿਟਲੀ ਉਹਦਾ ਤੁਸੀਂ ਹੈਬਿਟੈਟ ਉਹਦਾ ਖੋਲਿਆ ਤੋ ਤੰਗੋ ਇਹ ਕਾ ਵਿੱਚ ਹੋਰ ਤੁਸੀਂ ਡੀਪ ਲੈਵਲ ਤੇ ਆ ਜਾ ਈਵਨ ਮੈਂ ਤੇ ਕਮਾਲ ਮੰਨਣਾ ਇਸ ਸੀਜ ਨੂੰ ਅਸੀਂ ਕੈਨੇਡਾ ਚ ਰਹਿ ਰਹੇ ਹਾਂ ਸਾਡੇ ਇੱਥੇ ਬਲੱਡ ਵਰਕ ਹੁੰਦਾ ਨਾ ਜਿਹੜਾ ਵਿਟਾਮਿਨ ਡੀ ਐ ਇਹਦੀ ਇਹਦਾ ਟੈਸਟ ਨਹੀਂ ਕਰਦੇ ਉਹ ਅੱਜ ਕੱਲ ਉਹਨਾਂ ਨੇ ਇਸ ਨੂੰ ਵਿੱਚੋਂ ਜਿਹੜਾ ਹੈਗਾ ਨਰ ਜਿਹੜਾ ਨਾਰਮਲ ਬਲੱਡ ਵਰਕ ਹੈ ਉਹ ਚੁਲਾਮੇ ਕਰਦੇ ਉਹ ਕਹਿੰਦੇ ਪੀ ਡਿਫੀਸ਼ੀਐਂਸੀ ਹੋਏਗੀ ਪੱਕੀ ਹੋਏਗੀ ਕਿਉਂਕਿ ਸੂਰਜ ਹੀ ਬੜਾ ਘੱਟ ਨਿਕਲਦਾ ਤੇ ਇਸ ਕਰਕੇ ਵਿਟਾਮਿਨ ਡੀ ਹਮੇਸ਼ਾ ਖਾਓ ਇੱਕ ਡਾਕਟਰ ਹਮੇਸ਼ਾ ਰეკਮੈਂਡੇਸ਼ਨ ਦਿੰਦੇ ਨੇ ਹਾਂ ਜੇ ਕਿਸੇ ਨੇ ਕਰਾਉਣਾ ਹੈ ਸਪੈਸੀਫਿਕਲੀ ਆਪਣੇ ਕੋਲ ਤੁਸੀਂ ਆਪਣੀ ਪਾਕਟ ਚ ਮਨੀ ਪਾ ਕੇ ਉਹਦਾ ਟੈਸਟ ਕਰਵਾ ਸਕਦੇ ਹੋ ਪਰ ਜਿਹੜਾ ਨਾਰਮਲ ਲੈਬ ਟੈਸਟ ਉਹ ਤੁਹ ਨਹੀਂ ਲਿਆ ਜਾਂਦਾ ਮੇਰੇ ਕੁਝ ਦੋਸਤ ਮਿੱਤਰ ਹੈਗੇ ਨੇ ਜਿਹੜੇ ਵੈਟਰਨਰੀ ਦਾ ਕੰਮ ਕਰਦੇ ਨੇ ਵੈਟ ਨੇ ਜਿਹਨਨੂੰ ਸੀ ਐਨੀਮਲ ਡਾਕਟਰਸ ਕਹਿੰਦੇ ਆ ਤੇ ਕਈ ਵਾਰ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੂੰ ਪੁੱਛਿਆ ਤਾਂ ਕਹਿੰਦੇ ਭਾਈ ਸਾਹਿਬ ਮੈਂ ਤੁਹਾਨੂੰ ਕਮਾਲ ਦੀ ਗੱਲ ਦੱਸਾਂ ਕਹਿੰਦੇ ਆ ਜਿਹੜੇ ਰੈਬਿਟਸ ਤੁਰੇ ਫਿਰਦੇ ਨੇ ਰਕੂਨ ਤੁਰੇ ਫਿਰਦੇ ਨੇ ਆ ਛੋਟੇ ਛੋਟੇ ਜਿਹੜੇ ਤੇ ਬੀਵਰਸ ਵਗੈਰਾ ਤੁਰੇ ਫਿਰਦੇ ਨੇ ਸਾਡੇ ਬੈਕਯਾਰਡ ਦੇ ਵਿੱਚ ਤੇ ਸਾਡੇ ਇੱਥੇ ਆਲੇ ਦੁਆਲੇ ਜਿੰਨਾ ਕ ਸੂਰਜ ਬੰਦੇਨ ਵਾਸਤੇ ਨਿਕਲਦਾ ਉਹਨਾਂ ਕਿਉਂ ਵਾਸਤੇ ਨਿਕਲਦਾ ਉਹਨਾਂ ਵਾਸਤੇ ਕਿਹੜਾ ਕੋ ਐਕਸਟਰਾ ਸੂਰਜ ਨਿਕਲਦਾ ਪਰ ਕੰਦੇ ਕਮਾਲ ਹੈ ਭਾਈ ਸਾਹਿਬ ਉਸ ਨੋਚ ਮਾੜਾ ਮਾੜਾ ਕਾਜਾ ਖਾ ਕੇ ਉਹ ਰੈਬਿਟਸ ਉਤਰੇ ਫਿਰਦੇ ਉਹਨਾਂ ਚ ਕੋਈ ਡਿਫੀਸ਼ੀਅਨਸੀ ਨਹੀਂ ਆਇਆ ਆਇਰਨ ਦੀ ਕੋਈ ਡਿਫੀਸ਼ੀਅਨਸੀ ਉਹਨਾਂ ਚ ਵਿਟਾਮਿਨ ਡੀ ਦੀ ਕੋਈ ਨਹੀਂ ਹੈ ਇਹ ਕੀ ਹੈ ਐਕਚੁਅਲੀ ਬੰਦੇ ਦਾ ਤਨ ਬਿਮਾਰ ਘਟ ਹੁੰਦਾ ਆ ਮਨ ਦੀ ਬਿਮਾਰੀ ਤਨ ਤੇ ਪ੍ਰਤਾੜਿਤ ਹੁੰਦੀ ਹੈ ਤਨ ਤੇ ਆਰੋਪਤ ਹੁੰਦੀ ਹੈ ਮੌਲਿਕ ਰੂਪੇ ਦੇਖਿਆ ਜਾਏ ਨਾ ਜਿਹੜਾ ਕਲੇਸ਼ ਆ ਇਹ ਤਨ ਦੀ ਪੈਦਾਇਸ਼ ਨਹੀਂ ਗਈ ਮਨ ਦੀ ਪੈਦਾਇਸ਼ ਆ ਜਿੰਨੇ ਉਪਦ੍ਰਵਿਆ ਜਿਹੜਾ ਉਪਾਦ ਕਹਿੰਨੇ ਆ ਸੀ ਆਦ ਬਿਆਦ ਉਪਾਦ ਗੜਾ ਆਪਨੇ ਕਈ ਵਾਰ ਸੁਣਿਆ ਹੋਣਾ ਇਹ ਸਾਡੇ ਰੋਗ ਨੇ ਇਹ ਬਿਮਾਰੀਆਂ ਨੇ ਤੇ ਇਹ ਮੋਸਟਲੀ ਮਨ ਦੇ ਪੱਧਰ ਤੇ ਹੁੰਦੀਆਂ ਨੇ ਪਰ ਮਨ ਦੀ ਇੱਕ ਕਮਾਲ ਦੀ ਚੀਜ਼ ਇਹ ਹੈ ਸਾਰਾ ਕਲੇਸ਼ ਸਾਰਾ ਝਗੜਾ ਸਾਰੀਆਂ ਵਰੀ ਸਾਰੀਆਂ ਚਿੰਤਾਵਾਂ ਇਹ ਮਨ ਸਿਰਜਦਾ ਹੈ ਮਨ ਕ੍ਰੀਏਟ ਕਰਦਾ ਹੈ ਮਨ ਨਿਹਾਰਦਾ ਹੈ ਪਰ ਕਮਾਲੇ ਕਰ ਦਿੰਦਾ ਆਪ ਸਿਰਜ ਕੇ ਆਪ ਲਿਆ ਕੇ ਆਪਣੇ ਕੋਲ ਨਹੀਂ ਰੱਖਦਾ ਬਿਮਾਰੀ ਬਣਾ ਕੇ ਤਨ ਨੂੰ ਦਿੰਦਾ ਕਹਿੰਦਾ ਲੈ ਹਣਾ ਚਲ ਤਨ ਹਣਾਉਂਦਾ ਡਾਕਟਰ ਕਹਿੰਦਾ ਹਵ ਨੋ ਆਈਡੀਆ देयर आर ਨੋ ਐਕਚਲੀ ਡਾਇਰੈਕਟ ਰੀਜਨਸ ਥੈਟ ਯੂ ਹੈਵ ਬਲੱਡ ਪ੍ਰੈਸ਼ਰ ਬਟ ਸਮ ਹਾਉ ਥੀ ਸਿੰਟਮਸ ਆਫ ਹੈਰ ਯੂ ਆਰ ਗੋਇੰਗ ਥਰੂ ਵਿਦ ਬਲੱਡ ਪ੍ਰੈਸ਼ਰ ਇਸ਼ੂਸ ਬਟ आई कैन नॉट फाइंड आउट एनी एनी ਸੋਰਟ ਆਫ ਰੀਜ਼ਨਸ ਰੀਜ਼ਨਸ ਕਿੱਥੋਂ ਆ ਰਹੇ ਨੇ ਸਟ्रेस ਅਲਸਰ ਹੋ ਰਿਹਾ ਪੈਦਾ ਬੰਦਾ ਕਹਿੰਦਾ ਕਲਜੇ ਹੀ ਛੜੀ ਜਾਂਦਾ ਉਹ ਕਹਿੰਦਾ ਕੋਈ ਰੀਜ਼ਨ ਤੇ ਲੱਭ ਹੀ ਨਹੀਂ ਰਿਹਾ ਬਾਕੀ ਤੇ ਉਮਰ ਵੀ ਤੇਰੀ ਠੀਕ ਆ ਸਾਰਾ ਕੁਝ ਠੀਕ ਆ ਹੋਇਆ ਕਿੱਥੇ ਆ ਭਾਈ ਫਿਜ਼ੀਕਲ ਰੀਜ਼ਨ ਨਹੀਂ ਹੈਗੇ ਮਨ ਵਿੱਚੋਂ ਆ ਰਿਹਾ ਤੇ ਮਨ ਵਿੱਚੋਂ ਕਿੱਥੋਂ ਆ ਰਹੇ ਨੇ ਮਨ ਨੂੰ ਜੋ ਚੇਤੇ 'ਚ ਨਹੀਂ ਰੱਖਣਾ ਚਾਹੀਦਾ ਜੋ ਯਾਦ ਨਹੀਂ ਰੱਖਣਾ ਚਾਹੀਦਾ ਜਿਹਨੂੰ ਵਾਰ-ਵਾਰ ਨਹੀਂ ਦੁਹਰਾਉਣਾ ਚਾਹੀਦਾ ਮਨ ਉਹਨਾਂ ਚੀਜ਼ਾਂ ਨੂੰ ਰਿਪੀਟਿਡਲੀ ਦੁਹਰਾ ਰਿਹਾ ਹੈ ਮਨ ਦਾ ਸਿਮਰਨ ਗਲਤ ਹੋ ਗਿਆ ਹੈ ਮਨ ਦੀ ਜਿਹੜੀ ਸੋਚਣ ਦੀ ਸਮਰੱਥਾ ਕੁਦਰਤ ਨੇ ਦਿੱਤੀ ਜੋ ਕਿ ਬੜੀ ਉਮਦਾ ਆ ਉਹ ਗਲਤ ਰੂਪ ਦੇ ਚੋ ਇਸਤੇਮਾਲ ਕਰ ਰਿਹਾ ਹੈ ਗਲਤ ਤਰੀਕੇ ਨਾਲ ਉਹਦੇ ਚੀਜ਼ਾਂ ਪਾ ਰਿਹਾ ਹੈ ਮਹਾਰਾਜ ਕਹਿੰਦੇ ਹੈ ਮੇਰੇ ਮਨ ਹਰ ਚੇਤ ਚੇਤੇ ਕਰਨ ਵਾਲੀ ਚੀਜ਼ ਨੂੰ ਚੇਤੇ ਕਰ ਵਾਹਿਗੁਰੂ ਦਾ ਨਾਮ ਚੇਤੇ ਕਰਿਆ ਕਰ ਹੁਣ ਇਹ ਕਿਵੇਂ ਚੇਤੇ ਕਰੇਗਾ ਇਦ ਚ ਵੀ ਰਿਹਾ ਹੈ ਸਾਡਾ ਕੱਲਾ ਨੇ ਦੁਨੀਆ ਪੱਧਰ ਤੇ ਰਿਲੀਜੀਅਸ ਸਕੂਲ ਦੇ ਵਿੱਚ ਇਹ ਚੀਜ਼ਾਂ ਰਹੀਆਂ ਨੇ ਇੱਕ ਅਖਰੀ ਅਭਿਆਸ ਜਿਹਨੂੰ ਅਸੀਂ ਕਹਿੰਦੇ ਆ ਜਿਹਨੂੰ ਮੋਸਟਲੀ ਸਿਮਰਨ ਕਹਿੰਦੇ ਆ ਧਨ ਅਭਿਆਸ ਆ ਆਪਣੇ ਕਿਸੇ ਥਾਟ ਨੂੰ ਅਲਾਈਨ ਕਰਨ ਵਾਸਤੇ ਇੱਕ ਅਖਰੀ ਅਭਿਆਸ ਕਰਨਾ ਇਹ ਵੱਖਰੇ ਵੱਖਰੇ ਰਿਲੀਜੀਅਸ ਸਕੂਲ 'ਚ ਤੁਹਾਨੂੰ ਮਿਲ ਜਾਏਗਾ ਇਹ ਮੋਸਟਲੀ ਜਿਵੇਂ ਸੂਫੀ ਨੇ ਸੂਫੀਆਂ ਦੇ ਵਿੱਚ ਦਾ ਬੜਾ ਪਸਾਰਾ ਰਿਹਾ ਹੈ ਅਜੇ ਵੀ ਤੁਸੀਂ ਮਿਡਲਿਸਟ ਤੇ ਬਹੁਤ ਕੁਝ ਇਲਾਕਿਆਂ ਚਲੇ ਜਾਓ ਤੁਹਾਨੂੰ ਮਸਜਿਦਾਂ ਚ ਦੁਪਹਿਰ ਦੇ ਸਮੇਂ ਗੂੰਜਾਂ ਪੈਂਦੀਆਂ ਸੁਣਨ ਲੱਗੀਆਂ ਅੱਲਾ 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 ਇੱਕੋ ਚੀਜ਼ ਗੂੰਜੀ ਜਾ ਰਹੀ ਹੈ ਯਾ ਅੱਲਾਹੁ 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 ਇਸ ਰੂਪ ਦੇ ਵਿੱਚ ਸੋ ਇਨ ਬਿਨ ਬਹੁਤ ਸਾਰੀਆਂ ਹੋਰ ਜਗ੍ਹਾ ਤੁਹਾਨੂੰ ਇਸ ਕਿਸਮ ਦੀ ਕਾਪੀ ਮਿਲ ਜੇ ਆਪਣੇ ਘਰ ਵਿੱਚ ਵੀ ਹੈ ਇੱਕ ਅਖਰੀ ਅਭਿਆਸ ਇਸ ਨੂੰ ਮੋਸਟਲੀ ਸਿਮਰਨ ਧੰ ਅਭਿਆਸ ਆ ਇਹਦੇ ਨਾਲ ਹਾਂ ਤੁਸੀਂ ਆਪਣੇ ਥਾਟ ਨੂੰ ਅਲਾਈਨ ਕਰ ਸਕਦੇ ਹੋ ਪਰ ਜੇ ਗੁਰਬਾਣੀ ਨੂੰ ਪੜਿਓ ਗੁਰਬਾਣੀ ਜ਼ਖੀਰਾ ਪੂਰਤਪੂਰਨ ਗੁਰਬਾਣੀ ਸਾਨੂੰ ਦੱਸਦੀ ਹੈ ਕਿਉਂਕਿ ਜਿਹੜੀ ਮਨ ਦੀ ਦੁਨੀਆ ਹੈ ਨਾ ਬੜੀ ਕੰਪਲੈਕਸ ਆ ਇਹਦੇ ਮਤਲਬ ਮਹਾਰਾਜ ਦੀ ਬਾਣੀ ਕਹਿੰਦੀ ਤੁਹਾਡੀ ਮੇਰੀ ਤੇ ਪਾਇਆ ਹੀ ਕੀ ਹੈ ਸੰਕਾਦਕ ਨਾਰਦ মুন ਸੇਖਾ ਤੇਹ ਪੀ ਤਨ ਮੈਂ ਮਨ ਨਹੀਂ ਪੇਖਾ ਤੁਸੀਂ ਪੁਰਾਣੇ ਤੋਂ ਪੁਰਾਣਾ ਇਤਿਹਾਸ ਪੜ ਲਓ ਮਿਥੀਓਲੋਜੀ ਪੜ ਲਓ ਲਿਟਰੇਚਰ ਪੜ ਲਓ ਹਿਸਟਰੀ ਪੜ ਲਓ ਤੇਹ ਪੀ ਤਨ ਮੈਂ ਮਨ ਨਹੀਂ ਪੇਖਾ ਇਸ ਤਨ ਦੇ ਵਿੱਚ ਮਨ ਤੇ ਵੱਡੇ ਵੱਡੇ ਰਿਸ਼ੀਆ ਮੁਨੀਆਂ ਨੂੰ ਨਜ਼ਰ ਨਹੀਂ ਪਿਆ ਅਸੀਂ ਤੁਸੀਂ ਤੇ ਕੀ ਦੇਖਾਂਗੇ ਮਨ ਦੀ ਪਕੜ ਕੋਈ ਇਹ ਸਧਾਰਨ ਗੱਲ ਨਹੀਂ ਕੀ ਬਹੁਤ ਹਾਰਡ ਆ ਬੜਾ ਕਠਨ ਕਾਰਜ ਆ ਪਰ ਗੁਰੂ ਬਾਬਾ ਜੀ ਕਹਿੰਦੇ ਹਾਂ ਤੁਹਾਨੂੰ ਬਾਣੀ ਦਿੱਤੀ ਹੈ ਇਹਦੀ ਮਦਦ ਦੇ ਨਾਲ ਇਹਦੀ ਤੁਸੀਂ ਇਸ ਇਸ ਨੂੰ ਟੂਲ ਦੇ ਤੌਰ ਤੇ ਯੂਜ਼ ਕਰੋ ਆਪਣੇ ਮਨ ਦੀ ਦੁਨੀਆ ਦੇ ਵਿੱਚ ਇਸ ਬਾਣੀ ਦੇ ਜ਼ਰੀਏ ਇਸ ਬਾਣੀ ਦੀਆਂ ਪੌੜੀਆਂ ਚੜਦਿਆਂ ਚੜਦਿਆਂ ਤੁਸੀਂ ਮਨ ਦੀ ਅਵਸਥਾ ਨੂੰ ਤਬਦੀਲ ਕਰਨ ਦੀ ਸਮਰੱਥਾ ਚਾ ਜਾਓਗੇ ਇੱਥੇ ਬਚਨ ਆਇਆ ਹਰ ਚੇਤ ਮਨ ਮੇਰੇ हे ਮੇਰੇ ਮਨਾ ਹਰੀ ਨੂੰ ਚੇਤੇ ਕਰ ਨਾਲ ਕਿਹਾ ਤੁਮ ਮਿਲੋ ਪ੍ਰਭ ਸੁਭਾਗੇ ਤੁਸੀਂ ਮਨ ਤੁ ਸੁਭਾਗਾ ਹੋ ਜਾਏਗਾ ਤੂੰ ਪ੍ਰਭੂ ਨੂੰ ਮਿਲੇਗਾ ਵਹਿਗੁਰੂ ਨਾਲ ਤੇਰੀ ਆਤਮ ਸਾਧਤਾ ਹੋਏਗੀ ਤੇ ਉਹਦੇ ਸਦਕਾ ਅਹੰਗ ਤਿਆਗ ਤਿਆਗੇ ਅਹੰਗ ਇਹ ਮਨ ਦਾ ਇੱਕ ਰੂਪ ਆ ਅਹੰਕਾਰ ਈਗੋ ਇਹਦੇ ਚ ਕਿਹਾ ਜਾਂਦਾ ਸਾਨੂੰ ਈਗੋ ਹੀ ਚਲਾਉਂਦੀ ਹੈ ਸੋ ਜਦੋਂ ਬੰਦਾ ਈਗੋ ਨੂੰ ਸਹੀ ਰੂਪ ਤੇ ਅੰਡਰਸਟੈਂਡ ਕਰਦਾ ਹੂ ਆਮ ਆਈ ਮੈਂ ਕੌਣ ਆ ਹੁਣ ਤੇ ਮੈਂ ਕਹਿੰਦਾ ਹਰ ਚੀਜ਼ ਨੂੰ ਮੈਂ ਮੰਨ ਕੇ ਬੈਠਾ ਮੇਰੀ ਕੋਈ ਕਮੀ ਦੀ ਵੀ ਗੱਲ ਕਰੇ ਤੇ ਮੈਂ ਕਹਿੰਦਾ ਮੇਰੇ ਖਿਲਾਫ ਗੱਲ ਕੀਤੀ ਤੇਰੇ ਖਿਲਾਫ ਗੱਲ ਨਹੀਂ ਕੀਤੀ ਤੇਰੀ ਕਮੀ ਦੇ ਗੱਲ ਕੀਤੀ ਹੈ ਉਹ ਤੇਰੇ ਖਿਲਾਫ ਨਹੀਂ ਬਲਕਿ ਤੇਰੇ ਹੱਕੇ ਚ ਆ ਪਰ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਕਿਉਂਕਿ ਉਹ ਕਮੀ ਨੂੰ ਮੈਂ ਆਪਣਾ ਆਪਾ ਸਮਝ ਕੇ ਬੈਠਾ ਹਾਂ ਇੱਥੇ ਇਹ ਬਹੁਤ ਹਾਰਡ ਆ ਮੈਲ ਨੂੰ ਮੈਂ ਆਪਣਾ ਰੂਪ ਮੰਨ ਲਿਆ ਕੋਈ ਮੈਨੂੰ ਕਲੀਨ ਨਹੀਂ ਕਰ ਸਕਦਾ ਜਿਸ ਦਿਨ ਕੱਪੜੇ ਨੂੰ ਤੁਸੀਂ ਮੈਲ ਦਾ ਰੂਪ ਮੰਨ ਲਿਆ ਕੱਪੜਾ ਕਿਵੇਂ ਕਲੀਨ ਕਰੋਗੇ ਬਸ ਇਸ ਤਰ੍ਹਾਂ ਜਾਣੋ ਅਸਲ ਮੈਂ ਅਹੰਗ ਜਿਹੜਾ ਆ ਉਹ ਸਾਡੀਆਂ ਕਮੀਆਂ ਖਾਮੀਆਂ ਦੀ alamat ਹੈ ਬੜੀ ਵੱਡੀ ਬਾਬਾ ਜੀ ਕਹਿੰਦੇ ਹਰੀ ਨੂੰ ਚੇਤੇ ਕਰਦੇ ਆ ਅਹੰਗ ਤਿਆਗ ਤਿਆਗੇ ਜਾਗਣ ਵਾਲੀ ਚੀਜ਼ ਦਾ ਤਿਆਗ ਕਰ ਦਿੱਤਾ ਗਿਆ ਚਰਨ ਕਮਲ ਪਾਗੇ ਜਿਹੜੇ ਸਲ ਵਾਹਿਗੁਰੂ ਦੇ ਕੌਲ ਰੂਪੀ ਚਰਨ ਨੇ ਉਹਨਾਂ ਦੇ ਨਾਲ ਸਾਂਝ ਬਣ ਗਈ ਤੇ ਹੋਇਆ ਇਹ ਦੇਖ ਫੁੱਲ ਫੁੱਲ ਫੂਲੇ ਜਦੋਂ ਬਸੰਤ ਆਉਂਦੀ ਹੈ ਤੋੜੇ ਦੇਖਦਿਆਂ ਦੇਖਦਿਆਂ ਇੰਜ ਲੱਗਦਾ ਆ ਜਿਵੇਂ ਬੀਤੇ ਕੱਲ ਜਿਵੇਂ ਫੁੱਲ ਦੇਖੇ ਸੀ ਜਿਵੇਂ ਬਲੋਸਮ ਦੇਖੀ ਸੀ ਬਾਹਾਰ ਦੇਖੀ ਸੀਗੀ ਅੱਜ ਉਹਦੇ ਤੋਂ ਵੀ ਡਬਲ ਹੋਈ ਏ ਉਸ ਤੋਂ ਅਗਲੇ ਦਿਨ ਦੇਖਦੇ ਆ ਉਸ ਤੋਂ ਵੀ ਡਬਲ ਹੋਈ ਏ ਐਗਜ਼ੈਕਟਲੀ ਆ ਮਾਨਵੀ ਜੀਵਨ ਹਰ ਚੜ੍ਹਦੇ ਦਿਨ ਦੇ ਨਾਲ ਖੁਸ਼ੀਆਂ ਚਾਵਾਂ ਖੇੜਿਆਂ ਮਲਹਾਰਾਂ ਖਸ਼ੀਆਂ ਠੱਠਿਆਂ ਦਾ ਅਸਲ ਵਿੱਚ ਪ੍ਰਤੀਕ ਬਣ ਜਾਏਗਾ ਇਹ ਮਾਨਵੀ ਜੀਵਨ ਹਰ ਚੜ੍ਹਦੇ ਦਿਨ ਦੇ ਨਾਲ ਚੜ੍ਹਦੀ ਕਲਾ ਦਾ ਪ੍ਰਤੀਕ ਬਣੇਗਾ ਇਹ ਮਾਨਵੀ ਜੀਵਨ ਹਰ ਚੜ੍ਹਦੇ ਦਿਨ ਖੁਸ਼ੀਆਂ ਅਤੇ ਜ਼ਿੰਦਗੀ ਦੇ ਖੇੜਿਆਂ ਦਾ ਖਾਣੀ ਬਣੇਗਾ ਇਹ ਤੁ ਆਪ ਮਾਨ ਸਕਦਾ ਹੈ ਮਨਾ ਆਪ ਵੇਖ ਸਕਦਾ ਹੈ ਇਹ ਰਹਾਉ ਦਾ ਬੰਧਿਆ ਰੈਸਟ ਆਫ ਸਾਰਾ ਸ਼ਬਦ ਜਿਹੜਾ ਇਹਦੀ ਵਿਆਖਿਆ ਦੇ ਵਿੱਚ ਆ ਜਿੱਦੀ ਗੱਲ ਆਉਣ ਦੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਵਾਸਤੇ ਕਿਉਂਕਿ ਸਮਾਪਤ ਆ ਪਾਈ ਸਾਹਿਬ ਅਰੇ ਸਮੁੱਚੀ ਸਮਾਪਤੀ ਕਰਾਉਣਗੇ ਮੈਂ ਤੁਹਾਡਾ ਇਜਾਜ਼ਤ ਚਾਹਾਂਗਾ ਭੁੱਲਾਂ ਗਲਤੀਆਂ ਨਾ ਚਤਾਰਦੇ ਹੋਏ ਇੱਕ ਵਾਰ ਸਭ ਪ੍ਰੇਮ ਆਵਾਜ਼ ਦੇ ਕੇ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹੇ ਗੁਰੂ